ये धूड़ां दी कलगी मैं मत्थे सजा के ला देवां सिर वाला पार नहीं, मिट्टी दा पुतला मिट्टी नू रोंदा, गुम गए घरां दे बार नहीं, आटे दियां कोई चिड़िया नू आख उड़ के तां आ जाओ इक बार नहीं, मिट्टी दा पुतला मिट्टी नू रोंदा पर मिट्टी दे दो पुतले तुहाडे सब दे सामने। मेरे नाल अंबर, की हाल है जी? तुसीं स्वागत कर रहे हो पर मैं स्वागत नहीं करना अंबर उहनां दा, क्योंकि मेरे इलाके तों ने, फिरोजपुर तों। फिरोजपुरी अज असीं इकट्ठे होए आ, मैं बकायदा शुक्रिया अदा करना चाहूंगा सानू लाहौरी देण वास्ते। थैंक यू सो मच जी, सारे दर्शकों का जिन्होंने फिल्म देखी उन्होंने भी शुक्रिया जी। लाहौरिए तुसी देखी ना? मैं लाहौरिए देखी नहीं पर मैं फील कर ली है बहुत सारी, ट्रेलर तो लेके हुण तक गाणियां तो, सरगो दे कसूर, चिरागा वाले मेले तो। मैं वैसे गल कर दना कि जिन्हें लाहौरी नहीं देखी समझ जमे नहीं, तैनूं तुसी बिना जमे बैठे हो। ये तुहानूं सेंसिटिव गल्लां करदे देखदे ने फिल्मां दे जरिए, अपनी लेखनी दे जरिए, डायरेक्शन दे जरिए, पर बंदा है थोड़ा जिहा शरारती भी है और इसे बंदे दियां थोड़ी परतां असीं फरोलांगे क्योंकि असीं इक्को इलाके ते हां, ते मेरा फर्ज भी बनता है कि वड्डे भरा दियां थोड़ी जिहा परतां फरोल लईए। एक किदां लाहौरी दा आइडिया कित्थों शुरू होया, किवें आइडिया आया कि लाहौर की गल करनी है, फिरोजपुर की गल करनी है, अंबरसर की गल करनी है और सरहदां तों पार की गल करनी है, इश्क की गल करनी है? बेसिकली मैं हमेशा ही इस सारे इलाके नूं इक्को तरह नाल वेखदा जी, लगदा हुंदा कि एक सिर्फ दीवार विचाले है ते पर लोग तो सारे सेम ही है, राइट। ते मैनूं हमेशा लगदा हुंदा जिहड़ी जिहड़ा दीवार है या बॉर्डर है जो भी चीज़ां ने इह बेशक खत्म ना होण पर इह बहुत सुकून वालियां हो सकदियां। जे मान लो दो गुआंढी है, ओह कंध सांझी हुंदी गुआंढियां दी, ते ओह चंगे गुआंढी हुंदे वी ओह कंध दे उत्तों कोई दाल मंग लैंदा ते खीर भेज दिंदा, है ना। सो ओह जे गुआंढी ना बणी के ओह इट इधरों मारन उधरों इट मार, कदे साडी बीबी दे वजे कदे उहनां दे कदे भैण दे वजे, है ना। सो आई नो अच्छे पड़ोसी, अच्छे लोग, आम जिंदगी, आम लोग उस तरह ना रहन। ਅਸੀਂ ਫੇਰ ਲਾਹੌਰ ਦੀ ਗੱਲ ਕਰੀਏ, ਅੰਮ੍ਰਿਤਸਰ ਦੀ, ਉਹ ਅੰਮ੍ਰਿਤਸਰ ਦੀ ਗੱਲ ਕਰਨ, ਅਸੀਂ ਲਾਹੌਰ ਦੀ ਗੱਲ ਕਰੀਏ। ਸਰਗੁਣ ਨਾਲ ਗੱਲ ਕਰ ਰਹੇ ਸੀ ਤੇ ਗੱਲ ਵੰਡੀਆਂ ਦੀ ਹੋਈ ਕਿ ਇਕੱਠਾ ਕਰਨ ਦਾ ਵੇਲਾ ਆ ਗਿਆ ਤੇ ਅਸੀਂ ਵੰਡਿਆ ਇਕੱਠਾ ਕੁਛ ਨਹੀਂ ਕੀਤਾ, ਜਿਵੇਂ ਅਮਰਿੰਦਰ ਵੀਰ ਡਾਇਲੋਗ ਹੈਗਾ ਫਿਲਮ ਦੇ ਵਿੱਚ। ਹਾਂਜੀ, ਉਧਰ ਦਾ ਕਿੰਨਾ ਅਸਰ ਸੀ ਅਬੋਹਰ ਰਹਿੰਦੇ ਹੋਏ, ਫਿਰੋਜ਼ਪੁਰ ਡਿਸਟ੍ਰਿਕਟ ਪਹਿਲਾਂ ਹੁੰਦਾ ਸੀ ਹੁਣ ਫਾਜ਼ਿਲਕਾ ਹੋ ਗਿਆ, ਉਧਰ ਦਾ ਕੁਛ ਜ਼ਹਿਨ ਦੇ ਵਿੱਚ ਸੀਗਾ? ਕਿਉਂਕਿ ਸਰਗੁਣ ਨਾਲ ਜਦੋਂ ਗੱਲ ਹੋਈ ਤੇ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਤਾਂ ਰੇਡੀਓ ਸੁਣਿਆ ਉਧਰ ਦਾ, ਕਸੂਰ ਦਾ ਹਲੇ ਵੀ ਫ੍ਰੀਕੁਐਂਸੀ ਮੈਚ ਕਰਦੀ ਆ, ਮੈਂ ਕਿਹਾ ਅੰਬਰ ਨੇ ਵੀ ਜ਼ਰੂਰ ਸੁਣਿਆ ਹੋਣਾ। ਸੋ ਉਹ ਕਿਤੇ ਨਾ ਕਿਤੇ ਵਿਜ਼ੂਅਲਾਈਜ਼ ਕੀਤਾ ਸੀਗਾ? ਡੈਫੀਨੇਟਲੀ ਜੀ, ਅਸੀਂ ਕਿਉਂਕਿ ਬੋਰ ਹੈ ਅੱਧੇ ਘੰਟੇ ਤੋਂ ਸਾਡੇ ਬਾਰਡਰ ਹੈ, ਸੋ ਬਹੁਤ ਨੇੜੇ ਹੈ ਸਾਡੇ, ਰਾਈਟ। ਫਾਜ਼ਿਲਕਾ ਤੋਂ ਅਸੀਂ ਬਾਰਡਰ ਜਾ ਕੇ ਵੇਖ ਕੇ ਵੀ, ਜਦੋਂ ਫਿਲਮ ਤੋਂ ਪਹਿਲਾਂ ਵੀ ਅਸੀਂ ਜਾ ਕੇ ਵੇਖ ਕੇ ਆਏ, ਤੋ ਜੇ ਤੁਸੀਂ ਬਾਰਡਰ ਤੋਂ ਪਰਾਂ ਵੇਖਦੇ ਹੋ ਤਾਂ ਤੁਹਾਨੂੰ ਵਾਕਈ ਉਹ ਇੱਕ ਖਿੱਚ ਤੇ ਹੈਗੀ ਆ। ਫਿਲਮ 'ਚ ਇੱਕ ਡਾਇਲੋਗ ਹੈਗਾ ਕਿ ਇਹਨਾਂ ਅੱਖਾਂ ਨੂੰ ਕੌਣ ਸਮਝਾਵੇ, ਬਾਰਡਰ ਵੇਖੀ ਦਾ, ਬਾਰਡਰੋਂ ਪਾਰ ਨਹੀਂ ਵੇਖੀਦਾ, ਹੈ ਨਾ। ਪਰ ਸਾਡੀ ਮਜਬੂਰੀ ਹੈ ਕਿ ਅਸੀਂ ਪਾਰ ਨਹੀਂ ਵੇਖ ਸਕਦੇ, ਸਾਨੂੰ ਬਾਰਡਰ ਹੀ ਵੇਖਣਾ ਪੈਂਦਾ। ਪਰ ਅਬੋਹਰ ਜਿਸ ਤਰ੍ਹਾਂ ਫਿਰੋਜ਼ਪੁਰ, ਅਬੋਹਰ ਸਾਡੇ ਪਿੰਡ 'ਚ ਲਾਹੌਰੀਏ ਰਹਿੰਦੇ ਆ ਜੀ। ਸੋ ਬਚਪਨ 'ਚ ਉਹਨਾਂ ਦਾ ਨਾਂ ਸੁਣਨਾ, ਉਹਨਾਂ ਦੇ ਲਾਹੌਰੀਆਂ ਦਾ ਘਰ ਹੈ, ਹੈ ਨਾ, ਉਹ ਇੱਕ ਯਾਦ, ਇੱਕ ਗੱਲ ਦਿਮਾਗ 'ਚ ਰਹਿਣੀ। ਕਦੇ ਨਾ ਕਦੇ ਜਦੋਂ ਤੁਸੀਂ ਫਿਲਮ ਬਣਾਉਂਦੇ ਹੋ ਜਾਂ ਕੁਛ ਸੋਚਦੇ ਹੋ ਕਿ ਕੀ ਕਰਨਾ, ਤੁਸੀਂ ਪਿੱਛੇ ਝਾਤ ਮਾਰਦੇ ਹੋ ਤਾਂ ਤੁਹਾਨੂੰ ਆਪਣੇ ਅਬੋਹਰ, ਆਪਣੇ ਭਾਅ ਵਾਲੇ ਪਿੰਡ 'ਚ ਜਾਣਾ ਪੈਂਦਾ। ਬਾਵਲਪੁਰ ਦੀ ਵੀ ਗੱਲ ਹੁੰਦੀ ਹੈ ਜਦੋਂ, ਮੈਨੂੰ ਯਾਦ ਹੈ ਤੁਸੀਂ ਗੱਲ ਕੀਤੀ ਹੈ ਤਾਂ ਰੇਡੀਓ ਦੇ ਟਾਈਮ ਦੀ ਮੈਂ ਗੱਲ ਕਰ ਰਿਹਾ ਪਟਿਆਲਾ ਤੋਂ, ਉੱਥੋਂ ਕੁਝ ਜਿਹੜੇ ਕਾਲਰ ਸੀ ਸਾਨੂੰ ਕਾਲ ਆਉਂਦੀ ਸੀ ਮੇਰੀ ਲੈਂਗੁਏਜ ਨੂੰ ਲੈ ਕੇ ਜਾਂ ਹੋਰ ਉਸ ਇਲਾਕੇ ਦੇ ਲੋਕ ਹੁੰਦੇ ਸੀ, ਕਹਿੰਦੇ ਤੁਸੀਂ ਬਾਵਲਪੁਰ ਤੋਂ, ਲਾਹੌਰੀਏ, ਫਿਰੋਜ਼ਪੁਰੀ, ਅੰਮ੍ਰਿਤਸਰੀਏ, ਬਾਵਲਪੁਰੀਏ, ਕੁਛ ਅਬੋਹਰੀਏ, ਹੈ ਨਾ। ਅਸੀਂ ਆਪਾਂ ਅਸੀਂ ਬਾਵਲਪੁਰੀ ਮੇਰੇ ਖਿਆਲ 'ਚ ਹੈਗੇ ਹਾਂ, ਕਿਉਂਕਿ ਮੈਂ, ਮੇਰੇ ਯਾਦ ਹੈ ਅਸੀਂ ਜਦੋਂ ਜਦੋਂ ਸਟਰਗਲ ਟਾਈਮ ਹੁੰਦਾ ਸੀ ਅਸੀਂ ਬੰਬੇ, ਅਤੇ ਇੱਕ ਫਿਲਮ ਦੀ ਡਬਿੰਗ, ਕਿਸੇ ਦੀ ਡਬਿੰਗ ਕਰਕੇ ਅਸੀਂ, ਮਤਲਬ ਕੋਈ 500 ਰੁਪਏ ਮਿਲ ਗਿਆ ਅਤੇ ਸਾਡਾ ਹਫ਼ਤਾ ਨਿਕਲ ਜਾਂਦਾ ਸੀਗਾ, ਅਤੇ ਮੈਂ ਡਬਿੰਗ ਕਰਨ ਗਿਆ ਅਤੇ ਮੈਨੂੰ ਉਹਨੇ ਰੋਕਤਾ ਡਾਇਰੈਕਟਰ ਨੇ, ਕਹਿੰਦੇ ਨਹੀਂ ਨਹੀਂ ਇਹਦੇ 'ਚ ਬਾਵਲਪੁਰ ਦੀ ਟੋਨ ਆ ਰਹੀ, ਤੂੰ ਰਹਿਣ ਦੇ। ਤੇ ਤੁਹਾਨੂੰ ਲੱਗਦਾ ਕਿ ਹੁਣ ਇੱਕ ਸਵਾਲ ਵੀ ਹੈਗਾ ਹਰਮਿੰਦਰ ਸਿੰਘ ਤੇਜਾ ਹੋਰਾਂ ਦਾ, ਕਾਫੀ ਆਪਾਂ ਨੂੰ ਫੇਸਬੁੱਕ ਤੇ ਕੁਛ ਕਮੈਂਟਸ ਵੀ ਆ ਰਹੇ ਨੇ ਅੰਬਰ, ਕੁਛ ਦੇ ਆਪਾਂ ਨਾਮ ਵੀ ਜ਼ਰੂਰ ਲੈ ਲਈਏ, ਆਮਿਰ ਹੁਸੈਨ ਗੁਰਾਇਆ, ਦਿਲਪ੍ਰੀਤ ਢੋਡੀ, ਗੁਰਕਮਲਜੀਤ ਕੌਰ, ਹਰਪ੍ਰੀਤ ਸਿੰਘ, ਦੇਵ ਰੰਧਾਵਾ, ਹਨੀ ਜੱਟ, ਹਨੀ ਜੱਟ, ਵੈਰੀ ਗੁੱਡ, ਹਾਫਿਜ਼ ਕਾਸਿਮ ਸਾਹਿਬ, ਮੈਨੂੰ ਲੱਗਦਾ ਪਾਕਿਸਤਾਨ ਔਰ ਤੋਂ ਵੀ ਸਨ, ਹਾਫਿਜ਼ ਕਾਸਿਮ ਸਾਹਿਬ, ਜਗਜੀਤ ਸੈਣੀ, ਗੁੱਡ ਬਾਈ ਜੀ, ਸੁਖੀ ਢਿੱਲੋਂ, ਗੈਵੀ ਵਿਰਕ, ਹੈਪੀ ਡਬ, ਸੋ ਕਾਫੀ ਮੈਸੇਜਸ ਆ ਰਹੇ ਨੇ, ਕਾਫੀ ਜਿਹੜੇ ਸੱਜਣ ਤਰੁਣ ਚੱਡਾ ਸਾਹਿਬ ਸਾਨੂੰ ਦੇਖ ਰਹੇ ਨੇ ਇਸ ਵੇਲੇ। ਕਵਿਤਾ ਜੋਸ਼ੀ ਦਾ ਸਵਾਲ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦੇ ਦਿਲਾਂ 'ਚ ਉਹ ਪਹਿਲਾਂ ਵਰਗਾ ਪਿਆਰ ਹੈਗਾ? ਜੀ ਬਿਲਕੁਲ, 100% ਲੋਕਾਂ ਦੇ ਦਿਲਾਂ 'ਚ ਪਿਆਰ ਹੈ, ਇਹੀ ਤੇ ਗੱਲ ਹੈ।
ਇਸੇ ਲਈ ਜਦੋਂ ਫਿਲਮ ਵੀ ਵੇਖੀ ਜਦੋਂ ਚਲੋ ਅਸੀਂ ਉਸ ਉੱਧਰ ਤੇ ਰਿਲੀਜ਼ ਨਹੀਂ ਕਰ ਪਾਏ ਪਰ ਜਿਹੜੇ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਸਾਰੇ ਜਿਹੜੇ ਦੋਨੇ ਪੰਜਾਬ ਦੇ ਲੋਕਾਂ ਨੇ ਵੇਖੀ ਹੈ ਅਤੇ ਉਹ ਪਿਆਰ ਕਰਕੇ ਵੇਖੀ ਉਹਨਾਂ ਨੂੰ ਪਿਆਰ ਵੀ ਚੰਗਾ ਲੱਗਿਆ ਕਿ ਜਦੋਂ ਵੀ ਫਿਲਮ ਬਣਦੀ ਇਸ ਨਜ਼ਰੀਏ ਤੋਂ ਕਦੇ ਨਹੀਂ ਬਣਦੀ ਸੀ ਇਹੀ ਸਾਡੀ ਅਬੋਹਰ ਜਾਂ ਫਾਜ਼ਿਲਕਾ ਬਾਰਡਰ 'ਤੇ ਬਹਿਣ ਦਾ ਜਾਂ ਪੰਜਾਬ 'ਚ ਰਹਿਣ ਦਾ ਸਾਨੂੰ ਉਹ ਨਜ਼ਰੀਆ ਜਿਹੜਾ ਸਾਡਾ ਉਹ ਨਜ਼ਰੀਆ ਹੋਰ ਕੋਈ ਨਹੀਂ ਵੇਖ ਸਕਦਾ ਰਾਈਟ ਔਰ ਅੰਬਰ ਤੁਸੀਂ ਗੱਲ ਕੀਤੀ ਕਿ ਬਾਕੀ ਕੰਟਰੀਜ਼ 'ਚ ਤਾਂ ਰਿਲੀਜ਼ ਹੋਈ ਲੇਕਿਨ ਪਾਕਿਸਤਾਨ ਨਹੀਂ ਹੋ ਸਕੀ ਸ਼ਿਰਾਜ਼ ਹਸਨ ਉੱਥੋਂ ਦੇ ਇੱਕ ਜਰਨਲਿਸਟ ਨੇ ਉਹਨਾਂ ਦਾ ਸਵਾਲ ਸੀ ਉਹਨਾਂ ਨੂੰ ਲੱਗਿਆ ਸ਼ਾਇਦ ਕਿਸੇ ਨੇ ਦੱਸਿਆ ਕਿ ਲੋਰੀ ਉੱਧਰ ਵੀ ਰਿਲੀਜ਼ ਹੋ ਰਹੀ ਹੈ ਪਰ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਰਿਲੀਜ਼ ਨਹੀਂ ਹੋ ਰਹੀ ਤਾਂ ਉਹਨਾਂ ਦਾ ਇੱਕ ਨਮੋਸ਼ੀ ਜਿਵੇਂ ਛਾ ਜਾਂਦੀ ਹੈ ਨਾ ਮਤਲਬ ਲੋਕ ਕਿਤੇ ਨਾ ਕਿਤੇ ਅਟੈਚਡ ਹੈਗੇ ਨੇ ਔਰ ਇਹ ਅਟੈਚਮੈਂਟ ਸ਼ਾਇਦ ਤਾਂ ਹੀ ਹੈ ਕਿਉਂਕਿ ਤੁਸੀਂ ਰੂਟਸ ਦੀਆਂ ਗੱਲਾਂ ਕਰਦੇ ਹੋ ਜੜ੍ਹਾਂ ਦੀਆਂ ਗੱਲਾਂ ਕਰਦੇ ਹੋ ਰਾਈਟ ਹਾਂਜੀ ਉਹ ਸਾਡੀ ਕੁਛ ਮਜਬੂਰੀ ਰਹੀ ਹੋਊਗੀ ਮੇਰੇ ਖਿਆਲ 'ਚ ਵੀ ਟਾਈਮ 'ਤੇ ਕੁਛ ਡਿਸਟ੍ਰੀਬਿਊਸ਼ਨ ਨੂੰ ਲੈ ਕੇ ਉਸ ਬਸ ਸਾਡਾ ਪੂਰਾ ਇਰਾਦਾ ਸੀਗਾ ਰਿਲੀਜ਼ ਕਰਨ ਦਾ ਪਰ ਡੈਫੀਨੇਟਲੀ ਜੀ ਰਿਲੀਜ਼ ਕਰਾਂਗੇ ਅਤੇ ਜੇ ਨਾ ਰਿਲੀਜ਼ ਕਰ ਪਏ ਤਾਂ ਡੀਵੀਡੀ ਜਲਦੀ ਅਤੇ ਜੇ ਨਹੀਂ ਤਾਂ ਵੀ ਕੋਈ ਤੁਹਾਡਾ ਕੈਨੇਡਾ ਅਮੈਰੀਕਾ ਦਾ ਅੱਗੇ ਹੈ ਮਹੀਨੇ ਦੇ ਵਿੱਚ ਅਤੇ ਇੰਡੀਆ ਆ ਕੇ ਵੇਖ ਸਕਦੇ ਹੋ ਅਤੇ ਜ਼ਰੂਰ ਆਓ ਜੀ ਮੋਸਟ ਵੈਲਕਮ ਅੱਛਾ ਮੈਂ ਹੁਣ ਕੁਛ ਆਰਟਿਸਟ ਦਾ ਨਾਮ ਲੈਣਾ ਹੈ ਨਾ ਹਰਮਨਜੀਤ ਜਿਹਨਾਂ ਨੇ ਗਾਣੇ ਲਿਖੇ ਲਾਹੌਰੀਏ ਜਿੱਥੋਂ ਆਪਾਂ ਇਸ ਇੰਟਰਵਿਊ ਦੀ ਸ਼ੁਰੂਆਤ ਕੀਤੀ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਉਹ ਅਸੀਂ ਇਮੇਜਿਨ ਕਰ ਸਕਦੇ ਹਾਂ ਕਿ ਉਹ ਕਿਸ ਸਿਚੁਏਸ਼ਨ ਤੇ ਆ ਕੇ ਉਹ ਗਾਣਾ ਆਉਂਦਾ ਹੋਏਗਾ ਹਨਾ ਇਸ ਤੋਂ ਇਲਾਵਾ ਬੀਰ ਸਿੰਘ ਬਲਵਿੰਦਰ ਬੁਲਟ ਥੀਏਟਰ ਆਰਟਿਸਟ ਐਸੇ ਲੋਕਾਂ ਨੂੰ ਮਿਲਣਾ ਐਸੇ ਲੋਕਾਂ ਨੂੰ ਮੌਕਾ ਦੇਣਾ ਜਾਂ ਮੌਕਾ ਜਾਂ ਸਬੱਬ ਵੀ ਹੁੰਦਾ ਹੈ ਮੌਕਾ ਤਾਂ ਖੈਰ ਰੱਬ ਹੀ ਦਿੰਦਾ ਇੱਕ ਦੂਜੇ ਨਾਲ ਮਿਲਣ ਦਾ ਇਹਨਾਂ ਨਾਲ ਨਵੇਂ ਆਰਟਿਸਟ ਨਾਲ ਕੰਮ ਕਰਕੇ ਨਵੇਂ ਕਲਾਕਾਰਾਂ ਨਾਲ ਕੰਮ ਕਰਕੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀਗਾ ਔਰ ਇਸ ਤਰ੍ਹਾਂ ਦੇ ਸਬਜੈਕਟ ਲਈ ਜਿਹੜਾ ਬਹੁਤ ਸੈਂਸਿਟਿਵ ਵੀ ਆਪਣੇ ਆਪ ਦੇ ਵਿੱਚ ਪਰ ਕਿਤੇ ਨਾ ਕਿਤੇ ਇਸ਼ਕ ਦੀ ਗੱਲ ਕਰਦਾ ਉਸ ਇਸ਼ਕ ਦੀ ਗੱਲ ਕਰਦਾ ਜਿਹਦੀ ਸ਼ਾਇਦ ਫਿਲਮਾਂ ਦੇ ਵਿੱਚ ਘੱਟ ਗੱਲ ਹੁੰਦੀ ਹੈ ਐਕਚੁਲੀ ਮੇਰੇ ਖਿਆਲ 'ਚ ਜਿੰਨੇ ਵੀ ਇਹ ਕਲਾਕਾਰ ਨੇ ਖਾਸ ਕਰਕੇ ਹਰਮਨਜੀਤ ਬੀਰ ਸਿੰਘ ਜਿਹੜੇ ਜਿਨ੍ਹਾਂ ਨੇ ਲਿਖਿਆ ਗਾਣੇ ਲਿਖੇ ਆ ਹੋਰ ਵੀ ਜਿੱਦਾਂ ਜਿਹੜੇ ਲਿਰਿਸਿਸਟ ਨੇ ਫਿਲਮ ਦੇ ਬਹੁਤ ਹੀ ਕਮਾਲ ਨੇ ਇਹ ਮੈਂ ਦੋਨਾਂ ਨੂੰ ਤਾਂ ਮਿਲਿਆ ਵੀ ਹਾਂ ਅਤੇ ਮੈਂ ਬੜਾ ਮੈਨੂੰ ਬੜਾ ਲੱਗਦਾ ਕਿ ਬਹੁਤ ਕਿੰਨਾ ਡੂੰਘਾ ਬੰਦਾ ਹੈ ਹਰਮਨਜੀਤ ਇਹਨੂੰ ਕੋਈ ਗੱਲ ਕਹਿ ਦੀ ਕਿ ਇਸ ਸਿਚੁਏਸ਼ਨ 'ਤੇ ਲਿਖਣਾ ਹੈ ਅਤੇ ਉਹ ਇੰਨਾ ਕੁਝ ਲਿਖ ਕੇ ਭੇਜਦਾ ਸੀ ਸਾਨੂੰ ਚੁਣਨਾ ਔਖਾ ਜਾਂਦਾ ਸੀਗਾ ਸੇਮ ਬੀਰ ਸਿੰਘ ਬੀਰ ਸਿੰਘ ਗਾਣਾ ਚਾਹੀਦਾ ਅਤੇ ਬੀਰ ਸਿੰਘ ਨੇ 2 ਮਿੰਟ ਪਰੇ ਜਾਣਾ ਅਤੇ ਕਾਪੀ ਪੈਨ ਲੈ ਕੇ ਬਹਿਣਾ ਅਤੇ ਭਾਜੀ ਆ ਠੀਕ ਹੈ ਵੇਖਣਾ ਤਾਂ ਪੂਰਾ ਗਾਣਾ ਲਿਖਿਆ ਉਹਨਾਂ ਨੇ ਸੋ ਬਹੁਤ ਟੈਲੈਂਟਡ ਲੋਕ ਨੇ ਅੱਛਾ ਇੱਕ ਗੀਤ ਜਿਹੜਾ ਹੈਗਾ ਗੁੱਤ 'ਚ ਲਾਹੌਰ ਗੁੰਦਲਾ ਉਹਦੇ ਵਿੱਚ ਲਾਈਨਾਂ ਆਉਂਦੀਆਂ ਨੇ ਕਿ ਸਾਡੇ ਸਾਂਝੀਆਂ ਰਵਾਇਤਾਂ ਸਾਡੇ ਸਾਂਝੇ ਨੇ ਫਕੀਰ ਅਗਲੀ ਲਾਈਨ ਮੈਂ ਜੋੜ ਰਿਹਾ ਜੀ ਸਾਡੇ ਸਾਂਝੇ ਨੇ ਇਲਾਕੇ ਸਾਡੀ ਸਾਂਝੀ ਹੈ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦਾ ਕਿੰਨਾ ਯੋਗਦਾਨ ਹੈਗਾ ਅੰਬਰ ਨੂੰ ਅੰਬਰਦੀਪ ਬਣਾਉਣ 'ਚ ਜਾਂ ਅੰਬਰ ਦੀ ਉਡਾਰੀ ਨੂੰ ਹੋਰ ਪ੍ਰਵਾਸ ਦੇਣ ਲਈ ਪੰਜਾਬੀ ਯੂਨੀਵਰਸਿਟੀ ਦਾ ਕਾਫੀ ਯੋਗਦਾਨ ਹੈ ਜੀ ਮੈਨੂੰ ਪੰਜਾਬੀ ਯੂਨੀਵਰਸਿਟੀ 'ਚ ਆ ਕੇ ਇੱਕ ਐਕਸਪਲੋਰ ਹੋਇਆ ਤੇ ਕਿਉਂਕਿ ਅਬੋਹਰ ਸੀ ਥੀਏਟਰ ਕਰਦੇ ਸੀਗੇ ਸੋ ਉਹ ਇੱਕ ਬਹੁਤ ਦੂਰ ਇਲਾਕਾ ਹੈ ਅਸੀਂ ਤਾਂ ਕਹਿੰਦੇ ਹੁੰਦੇ ਕਈ ਵਾਰੀ ਅਬੋਹਰ ਇੰਨੀ ਦੂਰ ਹੈ ਕਿ ਉੱਥੇ ਤਾਂ ਇਕੱਲੀ ਟ੍ਰੇਨ ਨਹੀਂ ਜਾਂਦੀ ਟ੍ਰੇਨਾਂ ਵੀ 2 ਘੰਟੀਆਂ ਹੋ ਕੇ ਜਾਂਦੀ ਹੈ ਸੋ ਜਿੰਨੀ ਦੂਰ ਹੈ ਸੋ ਯੂਨੀਵਰਸਿਟੀ 'ਚ ਜਾ ਕੇ ਜਦੋਂ ਉੱਥੇ ਪਲੇ ਕੀਤੇ ਬਾਕੀ ਲੋਕਾਂ ਨਾਲ ਮਿਲੇ ਸੋ ਉੱਥੋਂ ਮੈਂ ਇੱਕ ਗੱਲ ਸ਼ੇਅਰ ਕਰ ਸਕਦਾ ਕਿ ਪੰਜਾਬੀ ਯੂਨੀਵਰਸਿਟੀ 'ਚ ਨਾ ਅਸੀਂ ਇੱਕ ਨਾਟਕ ਕੀਤਾ ਸੀ ਆਜ਼ਾਦੀ ਘੁਲਾਟੀਏ ਦੀ ਲਾਈਫ ਸੀਗੀ ਜਿਹੜਾ ਆਜ਼ਾਦੀ ਦੀ ਲੜਾਈ ਲੜਿਆ ਸੀ ਪਰ ਅੱਜ ਬਜ਼ੁਰਗ ਹੈ ਅਤੇ ਉਹ ਕਾਫੀ ਤਰਸਯੋਗ ਹਾਲਤ ਹੈ ਅਤੇ ਮੈਂ ਪਲੇ 'ਚ ਉਹ ਰੋਲ ਕੀਤਾ ਪਲੇ ਜਦੋਂ ਖਤਮ ਹੋਇਆ ਅਤੇ ਜਦੋਂ ਇੰਟਰੋਡਕਸ਼ਨ ਹੁੰਦੀ ਹੈ ਸਭ ਨੂੰ ਤਾੜੀਆਂ ਵੱਜ ਰਹੀਆਂ ਨੇ ਫਲਾਣੇ ਨੇ ਫਲਾਣਾ ਰੋਲ ਕੀਤਾ ਫਲਾਣੇ ਨੇ ਫਲਾਣਾ ਕੀਤਾ ਫਲਾਣੇ ਨੇ ਜਦੋਂ ਮੇਰੇ 'ਤੇ ਉਹ ਤਾੜੀਆਂ ਕਿਤੇ ਰੁਕਣ ਨਹੀਂ ਉਹ ਵੱਜੀ ਜਾਣ ਅਤੇ ਮੈਨੂੰ ਸੰਗ ਆਉਣ ਲੱਗ ਗਈ ਮੈਂ ਕਢਾਏ ਚ ਕਰੀ ਜਾਵਾਂ ਸ਼ਰਮਾ ਆ ਗਿਆ ਮੈਂ ਸੋ ਜਦੋਂ ਪਲੇ ਖਤਮ ਹੋਇਆ ਜਦੋਂ ਬਾਹਰ ਆਏ ਅਤੇ ਮੈਂ ਬੀਨੂ ਭਾਜੀ ਨੇ ਮੈਨੂੰ ਡਾਂਟਿਆ ਕਹਿੰਦੇ ਕੀ ਕਰ ਰਿਹਾ ਸੀਗਾ ਤੈਨੂੰ ਪਤਾ ਲੋਕ ਉਸ ਟਾਈਮ ਕਿੰਨੇ ਜੁੜੇ ਉਸ ਕਰੈਕਟਰ ਨਾਲ ਰਾਈਟ ਤੂੰ ਗੁੱਸੀ ਜਾਣਾ ਮੈਂ ਭਾਈ ਮੈਨੂੰ ਨਹੀਂ ਪਤਾ ਲੱਗ ਰਿਹਾ ਸੀ ਇੰਨਾ ਕੜਾ ਕੀ ਹੋ ਗਿਆ ਹਾਂਜੀ ਅਤੇ ਉਹ ਜਿਹੇ ਬੂਸਟ ਮਿਲੇ ਆ ਇੱਕ ਮੈਡਮ ਨਵਿੰਦਰਾ ਬੈਲ ਨੇ ਪਲੇ ਕਰਵਾਇਆ ਸੀਗਾ ਤਪਿਸ਼ ਜੀ ਉਹ ਇੰਪਰੋਵਾਈਜ਼ ਕਰਾਇਆ ਸੀਗਾ ਅਤੇ ਉਹ ਉਹਦੀ ਇੰਪਰੋਵਾਈਜੇਸ਼ਨ ਜਿਹੜੀ ਸਾਰਾ ਪਲੇ ਬਣਿਆ ਸੀ ਉਹ ਵੀ ਮੇਰੀ ਸੀਗੀ ਉਹ ਇੱਕ ਮੈਡਮ ਦਾ ਹੱਥ ਸਿਰ 'ਤੇ ਸੋ ਸਾਰਿਆਂ ਦੇ ਯੋਗਦਾਨ ਨਾਲ ਹੀ ਸ਼ੁਰੂ ਹੋਇਆ ਕਾਫੀ ਆਰਟਿਸਟ ਪੰਜਾਬੀ ਯੂਨੀਵਰਸਿਟੀ ਤੋਂ ਨਿਕਲੇ ਨੇ ਹਰ ਇੱਕ ਖੇਤਰ ਦੇ ਵਿੱਚ ਸਪੋਰਟਸ ਦੀ ਗੱਲ ਹੋਵੇ ਥੀਏਟਰ ਦੀ ਗੱਲ ਹੋਵੇ ਫਿਲਮ ਦੀ ਗੱਲ ਹੋਵੇ ਬਿਨੂ ਭਾਜੀ ਦਾ ਜ਼ਿਕਰ ਕੀਤਾ ਰਾਣਾ ਭਾਜੀ ਹੋ ਗਏ ਨਵਿੰਦਰਾ ਬੈਲ ਸੁਨੀਤਾ ਤੀਰ ਕਈ ਨਾਮ ਨੇ ਹਨਾ ਓਮਪੁਰੀ ਸਾਹਿਬ ਕੀ ਤੁਹਾਨੂੰ ਲੱਗਦਾ ਜਿਹੜਾ ਮੈਨੂੰ ਚੀਜ਼ ਲੱਗਦੀ ਹੈ ਬੀਂਗ ਯੂਨੋ ਯੂਨੀਵਰਸਿਟੀ ਦਾ ਸਟੂਡੈਂਟ ਹੋਣ ਦੇ ਨਾਤੇ ਕਿ ਪਟਿਆਲਾ ਦੇ ਵਿੱਚ ਜਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੋਈ ਐਸੀ ਚੀਜ਼ ਹੈ ਜਿਹੜਾ ਸੱਜਣ ਬਾਹਰੋਂ ਆ ਕੇ ਪੰਜਾਬੀ ਯੂਨੀਵਰਸਿਟੀ 'ਚ ਪੜ੍ਹਦਾ ਉਹਦਾ ਕੁਛ ਨਾ ਕੁਛ ਜ਼ਰੂਰ ਬਣਦਾ ਕਿਤੇ ਨਾ ਕਿਤੇ ਜ਼ਰੂਰ ਉਡਾਰੀ ਮਾਰਦਾ ਬਹੁਤ ਅੱਛੀ ਗੱਲ ਹੈ ਵੈਸੇ ਵੀ ਸੱਚ ਹੀ ਹੈ ਕਿਉਂਕਿ ਉਹ ਇੱਕ ਨਾ ਯੂਨੀਵਰਸਿਟੀ ਵੀ ਐਸੀ ਯੂਨੀਵਰਸਿਟੀ ਹੈ ਜਦੋਂ ਸਾਡੇ ਟਾਈਮ 'ਤੇ ਹੁਣ ਤਾਂ ਮੈਨੂੰ ਮੈਂ ਬਹੁਤ ਟਾਈਮ 'ਤੇ ਗਿਆ ਨਹੀਂ ਕਿ ਉਹ ਬਿਲਕੁਲ ਇੱਕ ਪਿੰਡ ਵਸਿਆ ਆ ਉਹ ਸ਼ਹਿਰ ਤੋਂ ਦੂਰ ਆ ਦੂਰ ਹੈ ਉੱਥੇ ਹੀ ਤੁਹਾਡੇ ਲੋਕ ਨੇ ਉਹਨਾਂ ਨਾਲ ਹੀ ਗੱਲਾਂ ਬਾਤਾਂ ਸੋ ਉਹ ਵਿਚਾਰ ਚਰਚਾ ਸੋ ਡੈਫੀਨੇਟਲੀ ਬਹੁਤ ਯੋਗਦਾਨ ਹੈ ਅੰਬਰ ਹੁਣ ਲਾਹੌਰੀਏ ਤੋਂ ਤੁਸੀਂ ਡਾਇਰੈਕਟਰ ਬਣ ਗਏ ਹਾਂਜੀ
ਰਾਈਟਰ ਤੁਸੀਂ ਪਹਿਲਾਂ ਸੀਗੇ, ਗੱਲ ਅੰਗਰੇਜ਼ ਦੀ ਹੋਵੇ, ਗੱਲ ਲਵ ਪੰਜਾਬ ਦੀ ਹੋਵੇ, ਸਿੰਘ ਵਰਸਿਸ ਕੌਰ, ਗੋਰਿਆਂ ਨੂੰ ਦਫਾ ਕਰੋ, ਜੱਟ ਐਂਡ ਜੂਲੀਅਟ 2, ਚੱਕ ਦੇ ਫੱਟੇ ਪਹਿਲੀ ਫਿਲਮ ਨਰੇਸ਼ ਕਥੂਰੀਆ ਹੋਰਾਂ ਦੇ ਨਾਲ, ਡੈਡੀ ਕੂਲ ਮੁੰਡੇ ਫੂਲ, ਡੈਡੀ ਕੂਲ ਮੁੰਡੇ ਫੂਲ, ਕਾਫੀ ਫਿਲਮਾਂ ਸੀਗੀਆਂ। ਹੁਣ ਐਕਚੁਲੀ ਉਹ ਵੇਲਾ ਆ ਗਿਆ ਨਾ, ਹੁਣ ਸਕਰੀਨ ਤੇ ਪਹਿਲਾਂ ਇਹਨਾਂ ਨੇ ਮੈਨੂੰ ਮੈਸੇਜ ਭੇਜਿਆ ਕਿ ਯਾਰ ਲਾਈਵ ਆਉਣਾ, ਤੇ ਮੈਂ ਨਾ ਸ਼ਰਮੀਲਾ ਵੀ ਹੈਗਾ, ਮੈਨੂੰ ਡਰ ਵੀ ਲੱਗੀ ਜਾਂਦਾ, ਤੇ ਹੁਣ ਮੌਕਾ ਹੈਗਾ ਤਾਂ ਹੀ ਹੁਣ ਫਿਲਮਾਂ ਹੋਰ ਗਿਣਾਈ ਜਾਂਦੇ ਨੇ। ਬਟ ਸਵਾਲ ਮੇਰੇ ਜ਼ਹਿਨ 'ਚ ਵੀ ਸੀਗਾ, ਹਾਲਾਂਕਿ ਇੰਡਸਟਰੀ ਨੂੰ ਪਤਾ ਹੈ ਕਿ ਅਮਰ ਨੇ ਬਹੁਤ ਮਿਹਨਤ ਕੀਤੀ ਹੈ, ਕਾਮੇਡੀ ਸਰਕਲ ਦੀ ਗੱਲ ਹੋਵੇ, ਕਪਿਲ ਹੋਰਾਂ ਦੇ ਨਾਲ ਤੁਸੀਂ ਕੰਮ ਕੀਤਾ, ਤੇ ਇਹ ਸਟਰਗਲ ਪੀਰੀਅਡ ਬਾਰੇ ਸਾਨੂੰ ਬਰੀਫ 'ਚ ਉਹ ਵੀ ਦੱਸੋ ਕਿ ਕਿੱਥੋਂ ਇਹ ਸ਼ੁਰੂਆਤ ਕਿਵੇਂ ਹੋਈ ਸੀ, ਪੰਜਾਬੀ ਯੂਨੀਵਰਸਿਟੀ ਤੋਂ ਨਿਕਲਣਾ, ਬੰਬੇ ਜਾਣਾ? ਓਕੇ, ਪੰਜਾਬੀ ਯੂਨੀਵਰਸਿਟੀ ਜਦੋਂ ਮੈਂ ਪੜ੍ਹਦਾ ਪਿਆ ਸੀ ਤਾਂ ਮੇਰਾ ਪਹਿਲਾ ਸੀਗਾ ਕਿ ਮੈਂ ਨਾ ਸਿੱਧਾ ਬੰਬੇ ਜਾਣਾ। ਸੋ 3 ਮਹੀਨਿਆਂ ਬਾਅਦ ਮੈਂ ਬੰਬੇ ਵੱਲ ਰਵਾਨਾ ਹੋ ਗਿਆ ਸੀਗਾ, ਅਤੇ ਬੰਬੇ ਜਾਂਦੇ ਰਾਹ ਦੇ ਵਿੱਚ ਟ੍ਰੇਨ 'ਚ ਬੈਠੇ ਸੀ, ਅਤੇ ਰਾਹ 'ਚ ਇੱਕ ਥਾਂ 'ਤੇ ਮਤਲਬ ਕੋਈ ਰਾਤ 'ਤੇ ਆਉਣੀ ਹੈ, 24 ਘੰਟੇ ਸਫ਼ਰ, ਅਤੇ ਰਾਤ ਨੂੰ ਬੈਠੇ ਪਏ ਸੋਚੀ ਜਾਣਾ ਯਾਰ ਬਣਨਾ ਕੀ ਆ ਉੱਥੇ, ਕੀ ਹੋਣਾ, ਕਿਉਂਕਿ ਫਿਲਮਾਂ 'ਚ ਬੰਬੇ ਵੇਖਿਆ ਸੀ, ਬੜਾ ਡਰਾਉਣਾ ਬੰਬੇ ਹੁੰਦਾ, ਤੁਹਾਨੂੰ ਕੋਈ ਚਾਕੂ ਮਾਰੇਗਾ, ਕੋਈ ਤੁਹਾਨੂੰ ਪੇਪਰ 'ਤੇ ਸੋਣਾ ਪੈਣਾ, ਤੁਹਾਨੂੰ ਖਾਣ ਨੂੰ ਨਹੀਂ ਮਿਲਣਾ। ਸੋ ਇਹੋ ਜਿਹਾ ਇੱਕ ਮੈਂ ਸ਼ੇਅਰ ਕਰ ਸਕਦਾ ਕਿ ਸ਼ੁਰੂ 'ਚ ਕਿਉਂਕਿ 6 ਮਹੀਨੇ ਪੈਸੇ ਮੈਂ ਲੈ ਗਿਆ ਸੀਗਾ, ਉਹ 6 ਮਹੀਨੇ ਬਾਅਦ ਮੁੱਕੇ, ਅਤੇ ਸਾਡੇ ਗੁਆਂਢੀ ਸੀਗੀ ਗੁਜਰਾਤੀ, ਅਤੇ ਅਸੀਂ ਨਾ ਰੋਟੀ ਬਣਾਉਂਦੇ, ਰੋਟੀ ਬੜੀ ਸੀ ਗੋਲ ਪਕਾਉਣੀ ਜੀ, ਤੇ ਉਹਨੇ ਕਿਸੇ ਨੇ ਸਾਡੀ ਰੋਟੀਆਂ ਵੇਖ ਲਈਆਂ, ਤੇ ਉਹ ਆਈ ਕਹਿੰਦੀ ਵੀ ਜੇ ਉਹਨੂੰ ਆਉਂਦੀਆਂ ਨਹੀਂ ਸੀ ਰੋਟੀਆਂ ਵੀ ਮੈਂ ਮੁਝੇ ਵੀ ਇਹ ਰੋਟੀ ਬਣਾ ਕੇ ਦੇ ਦਿਓ ਆਪ, ਤੋ ਕਿਤਨਾ ਚਾਰਜ ਕਰੋਗੇ? ਮੈਂ ਕਿਹਾ ਅੱਛਾ, ਮੈਂ ਕਿਹਾ ਜੀ 1 ਰੁਪਿਆ, ਤੇ ਰੋਜ਼ ਅਸੀਂ 15 ਰੋਟੀਆਂ ਬਣਾਉਣੀਆਂ, ਤੇ ਉਹ 15 ਰੁਪਏ ਨਾਲ ਅਸੀਂ ਦਿਨ ਕੱਢ ਲੈਂਦੇ ਸੀਗੇ। ਕਿਆ ਬਾਤ ਹੈ, ਕਿਆ, ਹਾਂਜੀ। ਉਸ ਤੋਂ ਬਾਅਦ ਵਾਲਾ ਸਟਰਗਲ ਜਿਹੜਾ ਜਿੱਥੋਂ ਸ਼ੁਰੂਆਤ ਹੋਈ ਸੀ ਇਸ ਗਲੈਮਰ ਵਰਲਡ ਦੇ ਵਿੱਚ ਐਜ਼ ਅ ਰਾਈਟਰ, ਮੈਂ ਅਸਿਸਟੈਂਟ ਡਾਇਰੈਕਟਰ ਹਾਂ, ਉਸ ਤੋਂ ਬਾਅਦ 6-7 ਸਾਲ, 2007 ਚ ਪਹਿਲੀ ਵਾਰੀ ਮੈਂ ਫਿਲਮ ਲਿਖੀ ਸੀਗੀ ਚੱਕ ਦੇ ਫੱਟੇ, ਰਾਈਟ, ਵਿਦ ਨਰੇਸ਼ ਕਥੂਰੀਆ, ਸਮੀਪ ਭਾਈ ਦੀ ਫਿਲਮ ਸੀਗੀ, ਫਿਰ ਉਹ ਫਿਲਮ ਬਹੁਤ ਅੱਛੀ ਫਿਲਮ ਸੀਗੀ ਪਰ ਉਹਨਾਂ ਵਰਕ ਨਹੀਂ ਕੀਤਾ ਸੀਗਾ, ਰਾਈਟ, ਸਾਡੇ ਉਹ ਵੀ ਮੇਰੇ ਕਿੱਸਾ ਯਾਦ ਆਈ, ਸੋਰੀ, ਕਿ 17 ਸੈਕਟਰ ਚ ਸਾਨੂੰ ਪਤਾ ਫਿਲਮ ਨਹੀਂ ਚੱਲੀ ਸੀ, ਕੁਛ ਘਟਨਾ ਵਾਪਰੀ ਜਾਈ ਸੀਗੀ, ਲੋਕਾਂ ਦੇ ਅਨਸਰ ਮੇਂ ਵੱਲ ਰਹੇ ਨਹੀਂ ਸੀਗਾ, ਮੈਂ ਤੇ ਨਰੇਸ਼ ਅਸੀਂ 3-4 ਨਾਲ ਰੱਖੇ ਬੰਦੇ, ਤੇ ਅਸੀਂ 17 ਸੈਕਟਰ ਚ ਫੱਟੀਆਂ ਚ ਗਏ ਉਹਨਾਂ ਨੂੰ, ਤੇ ਲੋਕਾਂ ਵੱਲ ਕਰਦੇ ਸੀ ਭਾਈ ਚੱਕ ਦੇ ਫੱਟੇ, ਲੱਗੀ ਚੱਕੋ ਲੋਕਾਂ ਨੂੰ ਜਾਇਨ ਰਿਹਾ ਦੇਖਣਾ। ਅੱਛਾ, ਇਸ ਰੂਪ ਨੂੰ ਵੈਸੇ ਘੱਟ ਲੋਕਾਂ ਨੇ ਦੇਖਿਆ ਹੈ ਨਾ, ਜਿਹੜਾ ਸ਼ਰਾਰਤੀ, ਕਿਉਂਕਿ ਸਰਗੁਣ ਨੇ ਵੀ ਸਾਨੂੰ ਗੱਲ ਕੀਤੀ ਸ਼ਰਾਰਤੀ ਬਹੁਤ ਨੇ, ਹੈਨਾ, ਇਹ ਸ਼ਰਾਰਤ ਐਜ਼ ਏ ਰਾਈਟਰ ਫੁੱਟਦੀ ਹੈ ਜਾਂ ਐਜ਼ ਏ ਆਰਟਿਸਟ ਜਿਹੜਾ ਇੱਕ ਆਰਟਿਸਟ ਅੰਦਰ ਬੈਠਾ ਹੋਇਆ, ਕਿਉਂਕਿ ਪੰਜਾਬੀ ਯੂਨੀਵਰਸਿਟੀ ਦਾ ਕਲਾ ਭਵਨ ਜਿਹੜਾ ਨਾ, ਉੱਥੋਂ ਸ਼ਰਾਰਤਾਂ ਬਹੁਤ ਨਿਕਲਦੀਆਂ ਨੇ ਐਜ਼ ਏ ਆਰਟਿਸਟ? ਭਰੋਸੇਮੰਦ ਸੂਤਰਾਂ ਤੋਂ ਪਤਾ ਲੱਗਿਆ ਕਿ ਉਸ ਦੌਰਾਨ ਸੈੱਟ ਤੇ ਹੀ ਭਾਈ ਸਾਹਿਬ ਉਦੋਂ ਡਾਇਲੋਗ ਲਿਖ ਕੇ ਦਿੰਦੇ ਸੀਗੇ, ਇਹ ਗੱਲ ਕਿੰਨੀ ਸੱਚੀ ਹੈ ਕਿ ਉੱਥੇ ਮੌਕੇ ਤੇ ਹੀ ਲਿਖੇ ਜਾਂਦੇ ਸੀ, ਕੀ ਉੱਥੇ ਇੰਪਰੋਵਾਈਜੇਸ਼ਨ ਹੋ ਜਾਂਦੀ ਸੀ ਜਾਂ ਜੋ ਵੀ ਹੈ? ਨਹੀਂ, ਗੱਲ ਕਾਫੀ ਫੈਲੀ ਹੋਈ ਹੈ ਪਰ ਇਹ ਸੱਚ ਨਹੀਂ ਹੈ। ਹੈ, ਹਾਂਜੀ, ਕਿਉਂਕਿ ਮੈਂ ਲਿਖ ਰਿਹਾ ਹੁੰਦਾ ਸਾਰਾ ਕੁਛ ਹੁੰਦਾ ਮੇਰੇ ਕੋਲ ਜੀ, ਲੇਕਿਨ ਮੌਕੇ ਤੇ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਸਿਚੁਏਸ਼ਨ ਚ ਕੁਝ ਚੇਂਜਸ ਲੱਗ ਸਕਦੇ ਆ। ਉਹ ਤੇ ਇਦਾਂ ਵੀ ਹੁੰਦਾ ਕਿ ਵਾਰੀ ਕੋਈ ਆਰਟਿਸਟ ਬੋਲੀ ਜਾਂਦਾ ਤੇ ਇਧਰੋਂ ਨਾਲ ਹੀ ਬੋਲੀ ਜਾਂਦੇ ਸੀਗੇ, ਉਹ ਇੱਕ ਇੰਪਰੋਵਾਈਜ਼ ਆ, ਉਹ ਹੋਣਾ ਵੀ ਜ਼ਰੂਰੀ ਚਾਹੀਦਾ। ਮੈਨੂੰ ਲੱਗਦਾ ਕਿ ਰਾਈਟਿੰਗ ਜਿਹੜੀ ਹੈ ਕਦੇ ਵੀ ਬਾਉਂਡ ਨਹੀਂ ਹੋ ਸਕਦੀ, ਕੋਈ ਵੀ ਕ੍ਰੀਏਸ਼ਨ ਹੈ ਉਹਦੀ ਕੋਈ ਲਿਮਿਟ ਨਹੀਂ ਹੁੰਦੀ, ਤੁਸੀਂ ਕਦੇ ਵੀ ਸੁਧਾਰ ਸਕਦੇ ਹੋ, ਕਦੇ ਵੀ ਇੰਪਰੂਵ ਕਰ ਸਕਦੇ ਹੋ। ਪੰਜਾਬੀ ਯੂਨੀਵਰਸਿਟੀ 'ਚ ਰਹਿੰਦੇ ਹੋਏ ਕੋਈ ਐਸੀ ਯਾਦ ਬਿਨੂ ਭਾਈ ਦਾ ਤੁਸੀਂ ਜ਼ਿਕਰ ਕੀਤਾ ਜਾਂ ਐਸੇ ਆਰਟਿਸਟ ਜਿਹੜੇ ਸ਼ਾਇਦ ਸਾਹਮਣੇ ਆਏ ਨਹੀਂ, ਤੁਸੀਂ ਵੀ ਪਹਿਲਾਂ ਕਿਉਂਕਿ ਲੇਖਣੀ 'ਚ ਰਹੇ ਐਜ਼ ਅ ਰਾਈਟਰ, ਤੁਸੀਂ ਸਾਹਮਣੇ ਨਹੀਂ ਆ ਸਕੇ, ਹੁਣ ਤਾਂ ਖੁਦਾ ਦੀ ਕਸਮ ਤੁਸੀਂ ਐਕਟਰ ਵੀ ਬਣ ਗਏ ਹੋ ਤੇ ਡਾਇਰੈਕਟਰ ਤਾਂ ਹੈਗੇ ਹੀ ਹੈਗੇ ਹੋ, ਔਰ ਭਾਬੀ ਜੀ ਵਾਲਾ ਵੀ ਤੁਸੀਂ ਇੱਕ ਜਿਹੜਾ ਡਾਇਲੋਗ ਮਾਰਿਆ ਸੀ ਮੈਨੂੰ ਲਵ ਪੰਜਾਬ ਵਾਲਾ, ਉਹ ਵੀ ਯਾਦ ਆ ਰਿਹਾ ਅਮਰਿੰਦਰ ਭਾਜੀ ਦੇ ਨਾਲ, ਕਰਦੀ ਭਾਬੀ ਕਰ ਰਹੇ ਜੀ, ਉਹ ਵੀ ਅੱਛਾ ਸੀਗਾ। ਉਹ ਐਕਚੁਲੀ ਉੱਥੇ ਆਰਟਿਸਟ ਨਹੀਂ ਸਾਨੂੰ ਮਿਲਿਆ ਸੀਗਾ ਕਿ ਉਹ ਰੋਲ ਕਰਨ ਵਾਸਤੇ ਦੋਸਤਾਂ ਨਾਲ, ਤੇ ਫਾਈਨਲ ਉਸ ਟਾਈਮ ਆ ਗਿਆ ਇੱਕ ਮਤਲਬ ਲਾਸਟ ਡੇ, ਫਿਰ ਭਾਜੀ ਕਹਿੰਦੇ ਤੂੰ ਆਪ ਕਰ ਲਾ, ਸੋ ਮੈਂ ਤਾਂ ਕੀਤਾ, ਦਰਵਾਜ਼ੇ 'ਚ ਮੇਰਾ ਕੋਈ ਐਸਾ ਇਰਾਦਾ ਨਹੀਂ ਸੀ। ਸੋ ਭਾਜੀ ਤੁਸੀਂ ਆਪ ਹੀ ਹੁਣ ਫੋਨ ਹੱਥਾਂ 'ਚ ਲਓ ਤੇ ਕੁਛ ਕਮੈਂਟਸ ਪੜ੍ਹ ਲਓ, ਦੇਖ ਲਓ ਸਾਨੂੰ ਕੌਣ ਕੌਣ ਦੇਖ ਵੀ ਰਿਹਾ। ਕਾਕਾ ਮਾਨਸਾ, ਬੰਬਈ ਦੇ ਔਖੇ ਸੌਖੇ ਤਜਰਬੇ ਸਾਂਝੇ ਕਰੋ ਜੀ, ਕਰ ਲਏ 15 ਰੁਪਏ 'ਚ 15 ਰੋਟੀਆਂ ਵਾਲੀ, ਔਖੇ ਹੋਏ ਸੀ ਪਰ ਮੈਂ ਸੌਖੀ ਕਰ ਲਈ ਸੀ ਮਿਸ਼ਨ, ਮੈਂ ਔਖੇ ਨੂੰ ਕਦੇ ਮਤਲਬ ਔਖਾ ਨਹੀਂ ਕਹਿਣਾ ਜੀ। ਸਰ ਜੀ ਮੈਂ ਵੀ ਹਨੀ ਲੁਧਿਆਣੇ, ਲੁਧਿਆਣੇ ਵਾਲਾ, ਲੁਧਿਆਣੇ ਵਾਲਾ, ਲੁਧਿਆਣੇ ਵਾਲਾ, ਪੌਲ ਗਰੇਵਾਲ, ਤੌਫੀਕ, ਅੱਛਾ ਫਿਲਮ ਦੇਖ ਲਈ, ਕਾਕਾ ਮਾਨਸਾ ਬੜੇ ਮੈਸੀ ਕਰੀ ਨਾ, ਕਮਲ ਪਰੂਥੀ, ਪੌਲ ਗਰੇਵਾਲ, ਭਾਈ ਤੁਸੀਂ ਆਹ ਪੜ੍ਹ ਦਿਓ ਮੈਨੂੰ ਨਾ, ਪੜ੍ਹਨਾ ਥੋੜ੍ਹਾ ਜਿਹਾ ਹੋ ਜਾਂਦਾ। ਕਮਲ ਪ੍ਰੂਥੀ ਕਹਿ ਰਿਹਾ ਕਿ ਹਾਏ ਅੰਬਰ ਬ੍ਰੋ, ਲਾਹੌਰੀਏ ਲਈ ਮੁਬਾਰਕਾਂ, ਲਕਸ਼ਦੀਪ ਨੇ ਬਹੁਤ ਅੱਛਾ ਕੰਮ ਕੀਤਾ, ਇਮੋਸ਼ਨਲ ਕੰਮ ਕੀਤਾ, ਸਰਦਾਰ ਸੋਹੀ ਸਾਹਿਬ ਦਾ ਜ਼ਿਕਰ, ਅਮਰਿੰਦਰ ਭਾਜੀ ਦਾ, ਵੈਰੀ ਗੁੱਡ ਜੀ, ਤੇ ਅੱਛੇ ਰਿਵਿਊਜ਼ ਵੀ ਅੱਛੇ ਆ ਰਹੇ ਆ, ਔਰ ਇਨਫੈਕਟ ਜਿਹੜੇ ਆਹੀ ਰਿਵਿਊਜ਼ ਨੇ ਅਸਲੀ, ਹਾਂਜੀ ਹਾਂਜੀ, ਜਿਹੜੇ ਸਾਨੂੰ ਡਾਇਰੈਕਟ ਤੁਹਾਡੇ ਤੱਕ ਪਹੁੰਚ ਰਹੇ ਨੇ।
ਉਮਰ ਪਹਿਲਾਂ ਕਿੱਥੇ ਸੀ ਮਤਲਬ 10 ਸਾਲ ਪਹਿਲਾਂ ਇਹ ਆਪਾਂ ਗੱਲ ਕਰ ਲਈ ਇਹਨਾਂ ਦਾ ਸਵਾਲ ਸੀ ਕਾਕਾ ਮਾਨ ਸਾਹਿਬ ਵਾਲਿਆਂ ਦਾ ਕਿ ਇਹ ਉਮਰ ਪਹਿਲਾਂ ਕਿੱਥੇ ਸੀ ਮਤਲਬ 10 ਸਾਲ ਪਹਿਲਾਂ ਪੜ੍ਹਾਈ ਤੋਂ ਬਾਅਦ ਯੂਨੀਵਰਸਿਟੀ ਤੋਂ ਬਾਅਦ ਬੰਬੇ ਗਏ ਚੱਕ ਦੇ ਫੱਟੇ ਕੰਮ ਕੀਤਾ 6-7 ਸਾਲ ਐਜ਼ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਬਹੁਤ ਕੰਮ ਕੀਤਾ ਬੰਬੇ ਰਾਸ ਆ ਗਿਆ ਪੰਜਾਬੀਆਂ ਨੂੰ ਕਹਿੰਦੇ ਪੰਜਾਬੀਆਂ ਦੀ ਬੱਲੇ ਬੱਲੇ ਉੱਥੇ ਹੈਗੀ ਹੈ ਐਕਚੁਅਲੀ ਕੋਈ ਨਾਮ ਲਓ ਤੁਸੀਂ ਮੇਰੇ ਖਿਆਲ 'ਚ ਜੀ ਮੈਂ ਦੱਸਾਂ ਬੰਬੇ ਜਦੋਂ ਸਟਰਗਲ ਟਾਈਮ ਸੀ ਉਹ ਤੇ ਖੈਰ ਹਿੰਦੀ ਸੀਗੀ ਬੋਲੀ ਕਦੇ ਬਟ ਜਦੋਂ ਅਸੀਂ ਕਾਮੇਡੀ ਸਰਕਸ ਕੀਤਾ ਮੈਂ 4-5 ਸਾਲ ਕਾਮੇਡੀ ਸਰਕਸ ਲਿਖਿਆ ਔਰ ਉਸ ਤੋਂ ਬਾਅਦ ਕਾਮੇਡੀ ਨਾਈਟਸ ਵਿਦ ਕਪਿਲ ਦਾ ਵੀ ਬਿਗਨਿੰਗ ਵਿੱਚ ਮੈਂ ਕੁਛ ਲਿਖਿਆ ਉਹ ਜਦੋਂ ਮਤਲਬ ਉਹ ਟਾਈਮ ਅਸੀਂ ਕਦੇ ਹਿੰਦੀ ਬੋਲ ਕੇ ਨੀ ਵੇਖੀ ਸੀ ਸਾਰੇ ਪੰਜਾਬੀ ਸਾਰੇ ਹੀ ਐਂ ਲੱਗਦੇ ਯਾਰ ਕਿੱਥੇ ਆ ਸੋ ਬਹੁਤ ਜ਼ਿਆਦਾ ਪੰਜਾਬੀ ਨੇ ਔਰ ਪੰਜਾਬੀ ਹਮੇਸ਼ਾ ਹੀ ਜਿੱਥੇ ਵੀ ਗਏ ਨੇ ਐਕਚੁਅਲੀ ਚੱਕਰ ਹੀ ਨਹੀਂ ਉਹ ਥੋੜਾ ਟਾਈਮ ਜੇ ਲੱਗਦਾ ਵੀ ਪਰ ਘਬਰਾਉਂਦੇ ਨਹੀਂ ਉਹ ਖੜੇ ਰਹਿੰਦੇ ਆ ਆਪਣੇ ਮਤਲਬ ਜਿਹੜੇ ਵੀ ਮੁਲਕ 'ਚ ਗਏ ਆ ਉੱਥੇ ਪੰਜਾਬੀ ਲੈ ਗਏ ਆ ਪੰਜਾਬੀ ਪ੍ਰੋਪਰ ਸਾਂਭ ਕੇ ਰੱਖੀ ਹੈ ਪ੍ਰੋਪਰ ਇੱਜ਼ਤ ਕਰਾਈਏ ਪੰਜਾਬੀ ਦੀ ਥੈਂਕ ਯੂ ਸੋ ਮਚ ਪੰਜਾਬੀ ਚਲੋ ਨਾਲ ਨਾਲ ਥੈਂਕ ਯੂ ਤੁਹਾਨੂੰ ਵੀ ਬਹੁਤ ਸਾਰੇ ਲੋਕ ਕਰ ਰਹੇ ਨੇ ਲਾਹੌਰੀਏ ਲਈ ਸਪੈਸ਼ਲੀ ਉਸ ਤੋਂ ਪਹਿਲਾਂ ਚਲੋ ਅੰਗਰੇਜ਼ ਵਾਲਾ ਤਜਰਬਾ ਵੀ ਰਿਹਾ ਉਸ ਪੰਜਾਬ ਦੀ ਗੱਲ ਉਸ ਸਮੇਂ ਦੇ ਇਸ਼ਕ ਦੀ ਗੱਲ ਪਰ ਇਹ ਜਿਹੜਾ ਇਸ਼ਕ ਹੈਗਾ ਹਿੰਦੁਸਤਾਨ ਪਾਕਿਸਤਾਨ ਦਾ ਉਸ ਇਸ਼ਕ ਦੀ ਦੁਬਾਰਾ ਗੱਲ ਕਰਨ ਲਈ ਉਸ ਹਿੰਮਤ ਨੂੰ ਦਿਖਾਉਣ ਦੇ ਲਈ ਵੀ ਸ਼ੁਕਰੀਆ ਅਦਾ ਕਰ ਰਹੇ ਹੈ ਪਰ ਲਾਹੌਰ ਜਾਣ ਦੀ ਜਿਵੇਂ ਮੈਂ ਕਿਹਾ ਵੀ ਖੁਆਇਸ਼ ਹੁੰਦੀ ਹੈ ਮੇਰੀ ਵੀ ਖੁਆਇਸ਼ ਤੁਹਾਡੀ ਵੀ ਹੈਗੀ ਹੈ ਲਾਹੌਰੀਏ ਨਹੀਂ ਵੇਖੀ ਜੰਮਿਆ ਨਹੀਂ ਉਹ ਖੁਆਇਸ਼ ਪੂਰੀ ਹੋ ਗਈ ਲਾਹੌਰੀ ਦੇਖ ਲਈ ਕਾਫੀ ਲੋਕਾਂ ਨੇ ਅਸੀਂ ਉਧਰੋਂ ਇਧਰ ਆਏ ਇਧਰ ਉਧਰ ਗਏ ਲੋਕ ਹੀ ਆ ਅਸੀਂ ਕੋਈ ਹੋਰ ਲੋਕ ਨਹੀਂ ਆ ਅਸੀਂ ਕੋਈ ਡਿਫਰੈਂਟ ਬਰੀਡ ਨਹੀਂ ਹੈਗੇ ਸੋ ਇਸੇ ਲਈ ਉਹ ਦੇਖਣ ਵਾਸਤੇ ਯਾਰ ਕੌਣ ਅਸੀਂ ਸਾਰੇ ਇਸੇ ਲਈ ਫਿਲਮ ਦੇ ਵਿੱਚ ਇੰਨਾ ਵੱਡਾ ਕੰਮ ਹੋਇਆ ਫਿਲਮ ਇੰਨੀ ਉਹ ਇੰਨੇ ਇੰਨੇ ਵੱਡੇ ਰਿਸਕ ਲੈ ਗਏ ਫਿਲਮ 'ਚ ਪਰ ਕਿਸੇ ਨੇ ਕੋਈ ਕੁਝ ਨਹੀਂ ਓਬਜੈਕਸ਼ਨ ਕਿਉਂਕਿ ਉਹ ਲੱਗੇ ਹੀ ਨਹੀਂ ਫਰਕ ਲੋਕਾਂ ਨੂੰ ਯਾਰ ਲੋਕਾਂ ਨੂੰ ਸਭ ਸੇਮ ਤਾਂ ਹੈ ਨਾ ਔਰ ਬਹੁਤ ਔਖਾ ਸੀਗਾ ਐਕਚੁਅਲੀ ਲਾਹੌਰੀ ਨੂੰ ਬਣਾਉਣਾ ਬੜਾ ਔਖਾ ਕੰਮ ਸੀਗਾ ਬੜਾ ਜ਼ੋਰ ਲੱਗਿਆ ਕੋਈ ਸੌਖਾ ਸਬਜੈਕਟ ਨਹੀਂ ਸੀਗਾ ਕਿ ਇਹਨੂੰ ਤਾਂ ਪੂਰੀ ਟੀਮ ਅਮਰਿੰਦਰ ਭਾਜੀ ਕਾਰਜ ਭਾਜੀ ਹਰ ਕਾਸਟ ਐਂਡ ਕਰਿਊ ਜਿੰਨੇ ਵੀ ਬੰਦੇ ਆ ਸਭ ਨੇ ਬਹੁਤ ਜ਼ੋਰ ਲਾਇਆ ਹੁਣ ਸਰਗੁਣ ਹਰ ਇੱਕ ਬੰਦੇ ਮੈਂ ਵੀ ਲੱਗਿਆ ਨਾਲ ਮੈਂ ਐਕਚੁਅਲੀ ਹੁਣ ਤੋਹਫਾ ਚਲੇ ਗਿਆ ਪਰ ਮੇਰਾ ਨਾ ਕਈ ਦਿਨਾਂ ਤੋਂ ਫੋਨ ਟੁੱਟਿਆ ਤੇ ਉਹ ਬੜੇ ਦਿਨ ਤੋਂ ਕਹਿੰਦੇ ਤੈਨੂੰ ਅੱਜ ਫੋਨ ਲੈ ਕੇ ਦੇਣਾ ਯਾਰ ਉਹ ਤੋਹਫਾ ਹਲੇ ਬਹੁਤ ਬਾਕੀ ਹੈ ਤੇ ਮੈਂ ਫੇਰ ਯਾਦ ਕਰਨਾ ਭਾਈ ਜੇ ਤੁਸੀਂ ਕਦੇ ਵੇਖਿਆ ਉੱਠ ਕੇ ਮੇਰੇ ਖਿਆਲ ਕੈਨੇਡਾ ਨੀ ਸੁੱਤੇ ਹੋਣੇ ਤੇ ਤੋਹਫਾ ਬਾਕੀ ਹੈ ਸ਼ਰਾਰਤਾਂ ਦੀ ਮੈਂ ਗੱਲ ਕਰ ਰਿਹਾ ਸੀ ਉਹਨਾਂ ਦੇ ਜਿਹੜੇ ਵੱਖਰਾ ਰੂਪ ਹੈਗਾ ਹੈ ਨਾ ਔਨ ਸੈਟ ਵੀ ਕਹਿੰਦੇ ਸਾਰਿਆਂ ਨੂੰ ਖੁਸ਼ ਰੱਖਦੇ ਨੇ ਹੁਣ ਭਾਜੀ ਫੋਨ ਟੁੱਟ ਚੁੱਕਿਆ ਅਸੀਂ ਪਹਿਲਾਂ ਦੇਖ ਲਿਆ ਭਾਬੀ ਜੀ ਅੰਦਰ ਬੈਠੇ ਲਾਈਵ ਦੇਖ ਰਹੇ ਨੇ ਇਸ ਸਾਡੀ ਇੰਟਰੈਕਸ਼ਨ ਨੂੰ ਔਰ ਫੋਨ ਵਾਕਈ ਜੀ ਟੁੱਟਿਆ ਹੋਇਆ ਫੋਨ ਨਵਾਂ ਲੈ ਦਿਓ ਯਾਰ ਇਹਨਾਂ ਨੇ ਤਾਂ ਤੁਹਾਨੂੰ ਤੋਹਫਾ ਦੇ ਤਾ ਲਾਹੌਰੀਏ ਦੇ ਨਾਲ ਇਹ ਸਾਂਝ ਦੀ ਸ਼ੁਰੂਆਤ ਕਿੱਦਾਂ ਹੋਈ ਸੀ ਕਿੱਦਾਂ ਮੇਲ ਮਿਲਾਪ ਕਿਵੇਂ ਹੋਇਆ ਸੀਗਾ ਹਾਲਾਂਕਿ ਕਪਿਲ ਦੇ ਦੋਸਤ ਰਹੇ ਨੇ ਸ਼ੁਰੂ ਤੋਂ ਸਾਡਾ ਡੈਡੀ ਕੋਲ ਮੁੰਡੇ ਫੂਲ ਚ ਹੋਇਆ ਜੀ ਡੈਡੀ ਕੋਲ ਮੁੰਡੇ ਫੂਲ ਪਹਿਲੀ ਫਿਲਮ ਜੇ ਇਕੱਠਿਆ ਕੀਤੀ ਉਸ ਦੌਰਾਨ ਸ਼ਾਇਦ ਉਹ ਵੇਵਸ ਮਿਲੀਆਂ ਮੈਨੂੰ ਲੱਗਾ ਕਿ ਸ਼ਾਇਦ ਭਾਜੀ ਨੂੰ ਮੈਂ ਸਮਝ ਆਇਆ ਕਿ ਇਹ ਇਦਾਂ ਸੋਚਦਾ ਹੈ ਤੇ ਮੈਨੂੰ ਭਾਜੀ ਸਮਝ ਆਏ ਕਿ ਉਹ ਕਿੱਦਾਂ ਸੋਚਦੇ ਆ ਉਹ ਕੀ ਚਾਹੁੰਦੇ ਆ ਉਹ ਕੀ ਪਰਫਾਰਮ ਕਰਨਾ ਚਾਹੁੰਦੇ ਆ ਕਿੱਦਾਂ ਦੀ ਫਿਲਮਾਂ ਕਰਨਾ ਚਾਹੁੰਦੇ ਆ ਸੋ ਫਿਰ ਅਸੀਂ ਇਕੱਠੇ ਹੋਏ ਫਿਰ ਅਸੀਂ ਉਸ ਤੋਂ ਬਾਅਦ ਗੋਰਿਆਂ ਨੂੰ ਦਫਾ ਕਰੋ ਜਿਹੜੀ ਮੇਰੀ ਪਹਿਲੀ ਐਕਚੁਅਲੀ ਜਿਹੜੀ ਪਹਿਲੀ ਸਟੋਰੀ ਸੀ ਮੇਰੀ ਪੰਜਾਬੀ ਫਿਲਮਾਂ 'ਚ ਪਹਿਲਾਂ ਮੈਂ ਡਾਇਲੋਗ ਲਿਖਿਆ ਸਕ੍ਰੀਨ 'ਤੇ ਲਿਖਿਆ ਪਹਿਲੀ ਸਟੋਰੀ ਗੋਰਿਆਂ ਨੂੰ ਦਫਾ ਕਰੋ ਸੀ ਉਹ ਮੈਂ ਸ਼ੇਅਰ ਕੀਤੀ ਭਾਈ ਨਾਲ ਭਾਈ ਨੂੰ ਬਹੁਤ ਪਸੰਦ ਆਈ ਉਹਦੇ 'ਚ ਵੀ ਇੱਕ ਗੱਲ ਸੀਗੀ ਉਹਦੇ 'ਚ ਵੀ ਇਹ ਗੱਲ ਸੀ ਕਿ ਗੋਰਿਆਂ ਦੇ ਵਿੱਚ ਤੇ ਸਾਡੇ ਵਿੱਚ ਠੀਕ ਪੁਰਾਣਾ ਦੁਸ਼ਮਣੀਆਂ ਰਹੀਆਂ ਹੋਣੀਆਂ ਬਟ ਉਹ ਖਤਮ ਕਰ ਲਈ ਖਤਮ ਕਰ ਲਈ ਉਹ ਇੱਕੋ ਹੀ ਅਸੀਂ ਪੂਰੀ ਫਿਲਮ 'ਚ ਤੁਸੀਂ ਦੇਖੋਗੇ ਤਾਂ ਇਹੀ ਮੈਸੇਜ ਆ ਸੋ ਬਟ ਫੁੱਲ ਐਂਟਰਟੇਨਮੈਂਟ ਸੀ ਅੱਛਾ ਭਾਜੀ ਆਪਾਂ ਨਵੇਂ ਹੁਨਰ ਦੀ ਤਾਂ ਗੱਲ ਕੀਤੀ ਕੀਤੀ ਪਰ ਜਿਹੜਾ ਮਜ਼ਾ ਹੋਇਆ ਅਦਾਕਾਰ ਜਾਂ ਅਦਾਕਾਰਾ ਉਹਨਾਂ ਫਿਲਮਾਂ 'ਚ ਇਸ ਫਿਲਮ 'ਚ ਸਾਨੂੰ ਨਜ਼ਰ ਆਏ ਨੇ ਨਿਰਮਲ ਰਿਸ਼ੀ ਜੀ ਗੂਗਲ ਸਰਦਾਰ ਸੋਈ ਸਾਹਿਬ ਕੋਈ ਉਹਨਾਂ ਦੇ ਨਾਲ ਜਾਂ ਨਵੇਂ ਹੁਨਰ ਦੇ ਨਾਲ ਕੋਈ ਫਨੀ ਮੂਮੈਂਟ ਯਾਦ ਹੈ ਲਾਹੌਰ ਦੇ ਮੈਂ ਤੁਹਾਨੂੰ ਮੈਂ ਨਾ ਫੇਸਬੁੱਕ ਤੇ ਸ਼ੇਅਰ ਕੀਤੀ ਸੀ ਮੈਂ ਕਰ ਦਿੰਦਾ ਮੈਂ ਗੁੱਗੂ ਭਾਈ ਨਾਲ ਸ਼ੇਅਰ ਕੀਤੀ ਗੁੱਗੂ ਭਾਈ ਕਹਿੰਦੇ ਸੀਗੇ ਯਾਰ ਕਿਸੇ ਇੰਟਰਵਿਊ 'ਚ ਗੱਲ ਜ਼ਰੂਰ ਕਰਨੀ ਸੋ ਮੈਂ ਉਹ ਕਰ ਰਿਹਾ ਜੀ ਬੜੀ ਅਜੀਬ ਗੱਲ ਆ ਉਹਨੂੰ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਮੈਂ ਛੋਟਾ ਜਾਂਦਾ ਸੀਗਾ ਬੋਰ ਸ਼ੂਟਿੰਗ ਸੀਗੀ ਯਾਰ ਨਾਲ ਭਾਰਾ ਫਿਲਮ ਦੀ ਗੁੱਗੂ ਭਾਜੀ ਮਤਲਬ ਹਰ ਇੱਕ ਦੇ ਫੇਵਰੇਟ ਰਹੇ ਤੇ ਉਹ ਕਿਤੇ ਮਤਲਬ ਸਾਡੇ ਸ਼ਹਿਰ ਦੇ ਬੰਦਿਆਂ ਨੇ ਪ੍ਰੋਡਿਊਸ ਕੀਤੀ ਸੀ ਮੈਂ ਛੋਟਾ ਜਿਹਾ ਹੁੰਦਾ ਬੜਾ ਸ਼ੌਂਕ ਸੀ ਜਾਵਾਂ ਗੁੱਗੂ ਭਾਈ ਨੂੰ ਵੇਖਾਂ ਕਿੱਥੇ ਨੇ ਗੁੱਗ ਉਹ ਤੱਕ ਸ਼ਾਇਦ ਗੁੱਗ ਗਿੱਲ ਦਾ ਸਟਾਰ ਹਨਾ ਬੱਚਾ ਇੱਕ ਤੇ ਵੜਨ ਲੱਗਿਆ ਤੇ ਗੇਟ 'ਚ ਗੇਟ ਬੰਦ ਤੇ ਨਿਕਲਣ ਲੱਗਾ ਤੇ ਪਿੱਛੇ ਥਾ ਕਰਕੇ ਚਪੇੜਾ ਹੀ ਤੇ ਮੈਂ ਛੋਟਾ ਮੈਂ ਵੇਖਿਆ ਕੌਣ ਉਹ ਕਿੱਡਾ ਸਾਰਾ ਬੰਦਾ ਤੇ ਮੈਂ
ਬੜੇ ਮਨ ਚ ਰੱਖੀ ਗੱਲ ਮੈਂ 6-7 ਦਿਨ ਮੈਂ ਖੁੰਦਾ ਘਰੇ ਤੇ ਰੈਫਰ ਰਿਹਾ ਬੰਦੇ ਕਿੱਦਾਂ ਮਜ਼ਾਕ ਚ ਪੀੜ ਮਾਰਾ ਮੁੱਠੀ ਜਵਾਕ ਵਿਚਾਰਾ ਤੇ ਉਹ ਖੁੰਦਕ ਫਿਰ ਮੈਂ ਭੁਲਾਈ ਤੇ ਇਹ ਗੱਲ ਮੈਂ ਭਾਈ ਦੱਸੀ ਤੇ ਮੈਨੂੰ ਬੜਾ ਜੋ ਮੈਨੂੰ ਬੜਾ ਅੱਛਾ ਲੱਗਿਆ ਕਿ ਮੈਂ ਭਾਈ ਦੇ ਸਾਹਮਣੇ ਸੀਗਾ ਤੇ ਭਾਈ ਨੇ ਗੱਲ ਸੁਣ ਕੇ ਜੱਫੀ ਪਾਈ ਤੇ ਜਦੋਂ ਸੀਨ ਸੁਣ ਕਰਨ ਲੱਗੇ ਤੇ ਮੈਨੂੰ ਬੜਾ ਚਲਾ ਜਦੋਂ ਕਹਿੰਦੇ ਸੀ ਅੰਬਰ ਆ ਕਿਵੇਂ ਬੋਲਣਾ ਹੈ ਉਧਰ ਤੇਰਾ ਟੱਚ ਮੁਕਸਰ ਦਾ ਹੈਗਾ ਨਾ ਅੱਛਾ ਉਹਨਾਂ ਨੇ ਤਾਂ ਖੁੰਦਕ ਕੱਢ ਲਈ ਚਪੇੜ ਮਾਰ ਕੇ ਤੁਸੀਂ ਔਨ ਸੈਟ ਖੁੰਦਕ ਨਹੀਂ ਕੱਢੀ ਬੇਨਮ ਤੁਹਾਡਾ ਪੰਬਰ ਭੂਸੇ ਪਾਈ ਹੈ ਨਹੀਂ ਨਹੀਂ ਬਹੁਤ ਬਹੁਤ ਅੱਛੇ ਆਰਟਿਸਟ ਨੇ ਬਹੁਤ ਅੱਛੇ ਕਮਾਲ ਮੈਂ ਤਾਂ ਬੜਾ ਖੁਸ਼ੀ ਬੜਾ ਹੁੰਦਾ ਸੀਗਾ ਮੈਂ ਤੁਹਾਡੀ ਇੰਟਰਵਿਊ ਵੇਖੀ ਉਹਦੇ ਸਰਗੁਣ ਵੀ ਦੱਸ ਰਹੀ ਸੀ ਮੈਂ ਤਾਂ ਇਹ ਬੜਾ ਚਾਹ ਚੜਦੇ ਗੂਗੂ ਭਾਈ ਆਈ ਸਾਈਡ ਤੇ ਸੋ ਸਾਡਾ ਕਿਤੇ ਨਾ ਕਿਤੇ ਬਹੁਤ ਕਨੈਕਸ਼ਨ ਹੈ ਉਹਨਾਂ ਨਾਲ ਔਰ ਅੰਬਰ ਵੱਡੀ ਗੱਲ ਇਹ ਵੀ ਹੈ ਕਿ ਏਡੇ ਵੱਡੇ ਅਦਾਕਾਰ ਹੋ ਕੇ ਸਰਦਾਰ ਸੋਈ ਸਾਹਿਬ ਦਾ ਜ਼ਿਕਰ ਲੈ ਲਓ ਗੁਰੂ ਗੋਬਿੰਦ ਨਰਮਲ ਰਿਸ਼ੀ ਜੀ ਜਿੰਨੇ ਵੱਡੇ ਅਦਾਕਾਰ ਨੇ ਉਹਨੇ ਹੰਬਲ ਵੀ ਨੇ ਨਿਮਰਤਾ ਉਨੀ ਉਹਨਾਂ ਦੇ ਵਿੱਚ ਔਰ ਮੈਨੂੰ ਕਿਸੇ ਨੇ ਦੱਸਿਆ ਵੀ ਸੀ ਸ਼ਾਇਦ ਸਰਗੁਣ ਹੀ ਦੱਸ ਰਹੇ ਸੀਗੇ ਕਿ ਜਾਂ ਨਿਰਮਲ ਰਿਸ਼ੀ ਮੈਮ ਦੀ ਮੈਂ ਕੋਈ ਇੰਟਰਵਿਊ ਦੇਖੀ ਉਹਦੇ 'ਚ ਗੱਲ ਕਰ ਰਿਹਾ ਕਿ ਅੰਬਰ ਸਾਨੂੰ ਉਸ ਤਰੀਕੇ ਨਾਲ ਸਮਝਾਉਂਦਾ ਹੈ ਕਿ ਆ ਡਾਇਲੋਗ ਏਦਾਂ ਹੀ ਬੋਲਣਾ ਹੈ ਰਿਐਕਸ਼ਨ ਏਦਾਂ ਹੀ ਦੇਣੇ ਹੈ ਔਰ ਜੇ ਏਡਾ ਵੱਡਾ ਅਦਾਕਾਰ ਇੱਕ ਨਵੇਂ ਰਾਈਟਰ ਡਾਇਰੈਕਟਰ ਦੀ ਗੱਲ ਸੁਣ ਰਿਹਾ ਤੇ ਉਹ ਵੀ ਮੇਖਿਆ ਤੁਹਾਡੇ ਲਈ ਬਲੈਸਿੰਗ ਸੀ ਬੜਾ ਪਿਆਰ ਕਰਦੇ ਜੀ ਬਸ ਸੱਚੀ ਸਾਹ ਸਾਰੇ ਮੈਨੂੰ ਮੈਂ ਹੈਰਾਨ ਹੁੰਦਾ ਕਈ ਵਾਰੀ ਹਨਾ ਨਹੀਂ ਦੱਸ ਬਟ ਉਹ ਸੱਚੀ ਉਹ ਵੱਡੇ ਲੋਕ ਨੇ ਉਹਨਾਂ ਦੇ ਵਿੱਚ ਨਿਮਰਤਾ ਬਹੁਤ ਹੈ ਉਹ ਔਰ ਬਹੁਤ ਅੱਛੇ ਆਰਟਿਸਟ ਨਾਲ ਕੰਮ ਕਰਕੇ ਤੁਹਾਨੂੰ ਵੈਸੇ ਬੜਾ ਅੱਛਾ ਲੱਗਦਾ ਅੱਛਾ ਤੁਹਾਡੀ ਰੂਹ ਵੀ ਖੁਸ਼ ਹੋਏਗੀ ਤੇ ਤੁਹਾਨੂੰ ਥੋੜਾ ਜਿਹਾ ਅੱਛਾ ਮਦਦ ਵੀ ਕਰਨੀ ਪੈਣੀ ਹੈ ਕਿਸੇ ਦੀ ਇੱਕ ਮੈਸੇਜ ਬੜਾ ਚੰਗਾ ਆਇਆ ਇਹਨਾਂ ਦੇ ਲਈ ਫੇਸਬੁੱਕ ਤੇ ਮੈਸੇਜ ਆਇਆ ਕਿ ਰੋਬਿਨ ਢੱਲਾ ਸਾਹਿਬ ਦਾ ਮੈਸੇਜ ਹੈ ਕਹਿੰਦੇ 3 ਦਿਨ ਹੋ ਗਏ ਵੀਰੇ ਟਿਕਟ ਹੀ ਨਹੀਂ ਮਿਲ ਰਹੀ ਲਾਹੌਰੀਏ ਦੀ ਕੋਈ ਮਦਦ ਕਰੋ ਨਾ ਮੋਗੇ ਨਾ ਕੋਟਕਪੂਰਾ ਔਰ ਮੋਗਾ ਕਹਿੰਦੇ ਪੂਰਾ ਫੁੱਲ ਜਾ ਰਿਹਾ ਜਿਵੇਂ ਸਾਨੀ ਸਾਹਿਬ ਨੇ ਮੈਸੇਜ ਪਾਇਆ ਸੀ ਪਹਿਲੇ ਦਿਨ ਸਵੇਰੇ 8 ਵਜੇ ਵਾਲਾ ਸ਼ੋਅ ਲੌਕ ਸੀਗਾ ਅੱਛਾ ਪਹਿਲੀ ਇੱਕ ਐਸੀ ਗੱਲ ਹੁੰਦੀ ਹੈ ਜਿਹੜੀ ਜਿਹੜਾ ਕੋਈ ਮੁਸੀਬਤ ਚ ਹੁੰਦਾ ਤੇ ਤੁਹਾਨੂੰ ਖੁਸ਼ੀ ਹੁੰਦੀ ਹੈ ਮਤਲਬ ਇਹ ਪਹਿਲੀ ਮੁਸੀਬਤ ਹੈ ਸੌਰੀ ਵੀਰ ਮੈਂ ਕੁਝ ਨਹੀਂ ਕਰ ਸਕਦਾ ਭਾਜੀ ਥੋੜਾ ਵੇਟ ਕਰੋ ਮੈਂ ਵੀ ਅੱਜ ਰਾਤ ਦੇਖਣ ਜਾਣੀ ਹੈ ਫਿਲਮ ਔਰ ਤੁਸੀਂ ਇੱਥੇ ਆ ਜਾਓ ਮੋਹਾਲੀ ਚੰਡੀਗੜ੍ਹ ਆਪਾਂ ਇਕੱਠੇ ਦੇਖਦੇ ਹਾਂ ਅੰਬਰ ਭਾਜੀ ਇੱਥੇ ਹੀ ਨੇ ਇਹਨਾਂ ਨੂੰ ਵੀ ਲੈ ਚੱਲਦੇ ਨਾਲ ਭਾਜੀ ਹੋਰ ਵੀ ਕਾਫੀ ਕਵਿਤਾ ਜੋਸ਼ੀ ਦਾ ਮੈਸੇਜ ਆਇਆ ਅੰਬਰ ਜੀ ਤੁਸੀਂ ਸੱਚ ਦੱਸਣਾ ਕਿ ਤੁਹਾਡੀ ਲਾਹੌਰੀਆ ਲਈ ਕਿੱਦਾਂ ਦੀ ਫੀਲਿੰਗ ਸੀਗੀਆਂ ਜਦੋਂ ਤੁਸੀਂ ਸ਼ੂਟਿੰਗ ਕਰਦੇ ਸੀਗੇ ਫਿਲਮ ਲਈ ਮਤਲਬ ਇੱਕ ਜਿਹੜੀ ਅਟੈਚਮੈਂਟ ਆਪਣੀ ਰਹੀ ਹੈ ਪਾਰਟੀਸ਼ਨ ਦੀ ਗੱਲ ਹੋਵੇ ਮੇਰੇ ਖਿਆਲ ਉਹੀ ਹੈ ਕਹਿਣਾ ਹਾਂ ਐਕਚੁਅਲੀ ਉਹ ਫੀਲਿੰਗ ਹੀ ਸੀ ਜਿਨ੍ਹਾਂ ਨੇ ਫਿਲਮ ਬਣਵਾਈ ਹੈ ਕਿ ਉਹ ਹਮੇਸ਼ਾ ਹੀ ਅੱਛੀਆਂ ਫੀਲਿੰਗਸ ਕਿ ਯਾਰ ਇੱਕ ਕਿਉਂਕਿ ਤੁਸੀਂ ਹੀ ਉਹ ਗੱਲ ਕਰ ਸਕਦੇ ਹੋ ਕਿ ਅਸਲ ਕੀ ਹੈ ਅਸਲ 'ਚ ਅਸੀਂ ਹੀ ਵੰਡੇ ਗਏ ਹਾਂ ਹੋਰ ਕੋਈ ਵੰਡਿਆ ਨਹੀਂ ਗਿਆ ਸੋ ਉਹ ਵੰਡ ਦਾ ਦਰਦ ਤੁਹਾਡੇ ਬਜ਼ੁਰਗਾਂ ਦੀਆਂ ਅੱਖਾਂ 'ਚ ਤੁਸੀਂ ਵੇਖਿਆ ਹੋਰ ਕਿਸੇ ਨੇ ਨਹੀਂ ਵੇਖਿਆ ਅੱਛਾ ਮੈਸੇਜਸ ਕਾਫੀ ਆ ਰਹੇ ਨੇ ਇੱਕ ਮੈਸੇਜ ਹੋਰ ਆਇਆ ਤੁਹਾਡੇ ਸ਼ਹਿਰ ਫਿਰੋਜ਼ਪੁਰ ਦੀ ਮੈਂ ਗੱਲ ਕਰ ਰਿਹਾ ਯਾਨੀ ਕਿ ਅਬੋਹਰ ਦੀ ਗੱਲ ਕਰ ਰਿਹਾ ਫਿਰੋਜ਼ਪੁਰ ਇਸ ਕਰਕੇ ਆ ਜਾਂਦਾ ਕਿਉਂਕਿ ਮੈਂ ਬੈਠਾ ਹੋਇਆ ਕਮਲ ਪ੍ਰੂਥੀ ਸਾਹਿਬ ਦਾ ਮੈਸੇਜ ਆਇਆ ਕਿ ਅਬੋਹਰ ਦਾ ਨਾਮ ਵਰਲਡ ਦੇ ਵਿੱਚ ਅੰਬਰ ਨੇ ਅਸਲ 'ਚ ਅੰਬਰਾਂ ਤੇ ਪਹੁੰਚਾਇਆ ਕੰਗਰੈਟਸ ਥੈਂਕ ਯੂ ਕਮਲ ਥੈਂਕ ਯੂ ਜੀ ਮੈਂ ਸਾਡਾ ਪਹਿਲਾਂ ਡਿਸਟ੍ਰਿਕਟ ਫਿਰੋਜ਼ਪੁਰ ਹੁੰਦਾ ਸੀਗਾ ਮੈਂ ਕਮਲ ਵਿਸ਼ਿਟ ਕਰਦਾ ਸੌਰੀ ਹਾਂਜੀ ਆਪਣੇ ਕੋਲ ਟਾਈਮ ਹੈਗਾ ਨਾ ਹਾਂਜੀ 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 ਓਕੇ ਮੈਂ 10ਵੀਂ ਤੱਕ ਨਾ ਮੈਂ ਰੈਸਲਰ ਵੀ ਰਿਹਾ ਮੇਰੇ ਖਿਆਲ ਮੈਂ ਫਿਰੋਜ਼ਪੁਰ ਡਿਸਟ੍ਰਿਕਟ ਵੱਲੋਂ ਨਾ ਪੰਜਾਬ ਖੇਡਿਆ ਸੀਗਾ ਤੇ ਅਸੀਂ 280 ਜਾਣੇ ਗਏ ਸੀਗੇ ਭਾਗ ਲਿਆ ਸੀ ਅਲੱਗ ਅਲੱਗ ਖੇਡਾਂ 'ਚ ਤੇ ਪੰਜਾਬ ਦੀਆਂ ਸਿਰਫ ਫਿਰੋਜ਼ਪੁਰ ਦੀਆਂ ਸਿਰਫ ਦੋ ਪੋਜੀਸ਼ਨ ਆਈਆਂ ਸੀਗੀਆਂ ਇੱਕ ਮੈਂ ਸੈਕਿੰਡ ਆਇਆ ਸੀ ਪੰਜਾਬ 'ਚ ਰੈਸਲਿੰਗ ਤੇ ਇੱਕ ਮੁੰਡਾ ਥਰਡ ਆਇਆ ਸੀ ਰੈਸਲਿੰਗ 'ਚ ਇੱਥੇ ਤਾਂ ਫਿਰ ਹੱਥ ਮਿਲਾਉਣਾ ਵੀ ਹੁੰਦਾ ਤਾੜੀ ਵੀ ਸਾਡੀ ਡਿਸਟ੍ਰਿਕਟ ਹੁਣ ਤੁਹਾਡੀ ਡਿਸਟ੍ਰਿਕਟ ਫਾਜ਼ਿਲਕਾ ਹੋ ਗਈ ਹੈ ਫਾਜ਼ਿਲਕਾ ਹੋ ਗਈ ਜੀ ਅੱਛਾ ਥੋੜਾ ਜਿਹਾ ਹੁਣ ਆਪਾਂ ਅੱਗੇ ਵਧੀਏ ਸਰਗੋਧਾ ਲੈਲਪੁਰ ਕਸੂਰ ਦਾ ਜ਼ਿਕਰ ਹਰਮਨ ਨੇ ਗੀਤ ਦੇ ਵਿੱਚ ਕੀਤਾ ਮਿੱਟੀ ਦਾ ਗੁੱਤ 'ਚ ਲਾਹੌਰ ਗੁੰਦਨਾ 'ਚ ਫਿਰ ਮੁਕਤਸਰ ਮਾਘੀ ਦਾ ਮੇਲੇ ਦਾ ਜ਼ਿਕਰ ਹੋਇਆ ਚਿਰਾਗਾਂ ਵਾਲਾ ਮੇਲਾ ਲਾਹੌਰ ਦਾ ਜ਼ਿਕਰ ਹੋਇਆ ਏਦਾਂ ਦੀ ਜਦੋਂ ਗੱਲ ਹੁੰਦੀ ਹੈ ਐਜ਼ ਅ ਰਾਈਟਰ ਜਾਂ ਐਜ਼ ਅ ਡਾਇਰੈਕਟਰ ਵਿਜ਼ੂਅਲਾਈਜ਼ ਕੀ ਕਰ ਰਹੇ ਹੁੰਦੇ ਹੋ ਕਦੇ ਕਦੇ ਦਿਲ ਕਰਦਾ ਕਿ ਇਹ ਅੰਬਰ ਜਿਹੜਾ ਅੱਖਾਂ ਬੰਦ ਕਰਕੇ ਪਿਆ ਹੋਇਆ ਖਿਆਲਾਂ 'ਚ ਖੋਇਆ ਹੋਇਆ ਉੱਧਰ ਸ਼ਾਇਦ ਚਲਾ ਗਿਆ ਲਾਹੌਰ ਚਲਾ ਗਿਆ ਫਿਰ ਖਿਆਲਾਂ 'ਚ ਕਦੀ ਉੱਧਰ ਗਏ ਹੋ ਮੈਂ ਕਦੇ ਇੱਦਾਂ ਮੈਂ ਖਿਆਲਾਂ 'ਚ ਨਹੀਂ ਗਿਆ ਮੈਂ ਐਵੇਂ ਕਹਿੰਦਾ ਬਟ ਮੈਂ ਜ਼ਰੂਰ ਮਹਿਸੂਸ ਕੀਤਾ ਮਹਿਸੂਸ ਕਰਦੇ ਮੈਂ ਉਹ ਅਸੀਂ ਦੇਖੋ ਨਾ ਉਹਨਾਂ ਦੇ ਡਰਾਮੇ ਅਸੀਂ ਮੈਂ ਉਹਨਾਂ ਦੇ ਜਿਹੜੇ ਥੀਏਟਰ ਡਰਾਮੇ ਆ ਉਹ ਕਿੰਨਾ ਵਹਿੰਦੇ ਆ ਉਦੋਂ ਦਿਲ ਕਰ ਦਿੰਦਾ ਯਾਰ ਜਾ ਕੇ ਕਿਤੇ ਲਾਈਵ ਵੇਖ ਲਈ ਉਹ ਬੜਾ ਅੱਛਾ ਲੱਗਦਾ ਮੈਨੂੰ ਮਤਲਬ ਅਸੀਂ ਬੜੇ ਫੈਨ ਹਾਂ ਖਾਸ ਕਰਕੇ ਅਮਾਨ ਚੰਨ ਹੋਰਾਂ ਦਾ ਬੜਾ ਫੈਨ ਹੈ ਕਿਉਂਕਿ ਬਾਕੀ ਤਾਂ ਚਲੋ ਉਨੀ ਵੀ ਕਰ ਜਾਂਦੀ ਹੈ ਵਿੱਚ ਲਾਈਨਾਂ 'ਚ ਇਕਲੌਤਾ ਬੰਦਾ ਨਾ ਜਿਹਦੇ ਕਦੇ ਕੋਈ ਗਲਤ ਜਾਂ ਕੁਛ ਐਸੀ ਗੱਲ ਨਹੀਂ ਬੋਲੀ ਜਿਹੜਾ ਤੁਸੀਂ ਮਤਲਬ ਹਨਾ ਬਟ ਉਹ ਕਿਆ ਟਾਈਮਿੰਗ ਉਸ ਬੰਦੇ ਦੀ ਸੋ ਮੈਂ ਬੜਾ ਫੈਨ ਹਾਂ ਜੀ ਉਹਨਾਂ ਸਾਰਿਆਂ ਦਾ ਤੁਹਾਡਾ ਫੇਵਰਿਟ ਸੌਂਗ ਕਿਹੜਾ ਹੈਗਾ ਇਹਦੇ 'ਚੋਂ ਅੰਬਰ ਕਿਉਂਕਿ ਜਿੰਨੇ ਵੀ ਗੀਤ ਨੇ ਉਹ ਕਿਤੇ ਨਾ ਕਿਤੇ ਕਨੈਕਟ ਹੀ ਕਰਦੇ ਆ ਹਰ ਇੱਕ ਨੂੰ ਸਾਰੇ ਵਧੀਆ ਮੈਨੂੰ ਹੁਣ ਇਹਨਾਂ ਨੂੰ ਇਹ ਔਖਾ ਸਵਾਲ ਹੈ ਨਹੀਂ ਔਖਾ ਨਹੀਂ ਮੇਰੇ ਔਖਾ ਸਵਾਲ ਔਖਾ ਨਹੀਂ ਹੈ ਮੇਰੇ ਖਿਆਲ ਔਖਾ ਨਹੀਂ ਗਿਆ ਐਜ਼ ਅ ਡਾਇਰੈਕਟਰ ਕਿਉਂਕਿ ਇੱਕ ਮਿੱਟੀ ਦਾ ਪੁਤਲਾ
ਉਹਦਾ ਕਾਰਨ ਕੀ ਹੈ, ਕਿਉਂ ਅਸਲ ਅਸਲ ਗੱਲ ਫਿਲਮ ਹੀ ਉਸ ਗੱਲ ਦੀ ਹੈ, ਪੂਰੀ ਫਿਲਮ ਹੀ ਉਸ ਟੌਪਿਕ ਦੀ ਹੈ। ਔਰ ਜਦੋਂ ਇਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ, ਸੋਲਡ ਆਊਟ ਸ਼ੋਅਜ਼ ਜਾ ਰਹੇ ਨੇ, ਅਮਰਿੰਦਰ ਭਾਜੀ ਦੇ ਵੀ ਸਨੈਪਚੈਟਸ ਅਸੀਂ ਦੇਖੇ, ਉਹਦੇ 'ਚ ਵੀ ਉਹ ਸ਼ੇਅਰ ਕਰ ਰਹੇ ਨੇ, ਨਿਊਜ਼ੀਲੈਂਡ, ਇੰਗਲੈਂਡ, ਸਾਰੇ ਪਾਸੇ ਸੋਲਡ ਆਊਟ ਜਾ ਰਹੇ ਆ, ਤੇ ਉਸ ਤਰ੍ਹਾਂ ਦਾ ਜਦੋਂ ਰਿਸਪੌਂਸ ਉਸ ਜਿਹੜੇ ਪੰਜਾਬੀ ਉੱਧਰ ਬੈਠੇ ਨੇ ਉਹ ਦੇ ਰਹੇ ਨੇ, ਇਹ ਅਕਸਰ ਕਿਹਾ ਜਾਂਦਾ ਹੈ ਕਿ ਹੁਣ ਪੰਜਾਬ ਵਾਲੇ ਪੰਜਾਬੀ ਇੰਨਾ ਪਿਆਰ ਪੰਜਾਬ ਨੂੰ ਨਹੀਂ ਕਰਦੇ ਜਿੰਨਾ ਸ਼ਾਇਦ ਉਹ ਜਾਣਦੇ ਨੇ ਪੰਜਾਬ ਬਾਰੇ ਜਾਂ ਗੱਲ ਕਰਦੇ ਨੇ ਜਾਂ ਪਿਆਰ ਕਰਦੇ ਨੇ। ਉਹ ਬੜਾ ਪੰਜਾਬ ਹੈ ਜੀ, ਮੈਂ ਤੇ ਮੈਂ ਸੱਚਮੁੱਚ ਮੈਂ ਉਸ ਟੌਪਿਕ ਦੇ ਵਿੱਚ ਮੈਂ ਹੁਣ ਬਹੁਤਾ ਸ਼ੇਅਰ ਨਹੀਂ ਕਰ ਸਕਦਾ, ਮੈਂ ਇੱਕ ਫਿਲਮ ਸੋਚੀ ਸੀ, ਬਿਕੋਜ਼ ਉਹ ਪੰਜਾਬ ਨੂੰ ਪਿਆਰ ਮੇਰੇ ਖਿਆਲ 'ਚ ਉਹ ਪੰਜਾਬ ਨਾਲ ਹੀ ਲੈ ਕੇ ਗਏ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਵਸੇ ਹੀ ਪੰਜਾਬ ਆ, ਮੈਂ ਹੁਣ ਕੈਨੇਡਾ ਗਿਆ, ਮੈਂ ਦੋ ਤਿੰਨ ਜਾ ਗਿਆ, ਮੈਨੂੰ ਲੱਗਦਾ ਹੀ ਨਹੀਂ ਹੁੰਦਾ ਕਿ ਮੈਂ ਕੈਨੇਡਾ ਆਇਆ। ਉਹ ਤਾਂ ਐਵੇਂ ਲੱਗਦਾ ਪਿੰਡ 'ਚ ਆ ਕੇ ਨੇ, ਇੰਨੇ ਪਿਓਰ ਨੇ, ਇੰਨਾ ਪਿਆਰ ਕਰਦੇ, ਇੰਨੀ ਸ਼ਿੱਦਤ ਨਾਲ ਮਿਲਦੇ ਆ। ਸੋ ਅਸਲ 'ਚ ਅਸੀਂ ਬੜੇ ਰਿਣੀ ਉਹਨਾਂ ਦੀ, ਰਾਈਟ, ਰਿਣੀ ਤਾਂ ਹੈਗੇ ਹੈਗੇ, ਬਟ ਇੱਕ ਰਿਸਪੋਂਸਿਬਿਲਟੀ ਹੋਰ ਵੱਧ ਜਾਂਦੀ। ਜਿੱਦਾਂ ਤੁਸੀਂ ਇੱਕ ਇੰਟਰਵਿਊ 'ਚ ਕਹਿ ਰਹੇ ਸੀਗੇ ਕਿ ਅੰਗਰੇਜ਼ ਤੋਂ ਬਾਅਦ ਲਵ ਪੰਜਾਬ ਆਉਂਦੀ ਹੈ, ਲਵ ਪੰਜਾਬ ਤੋਂ ਬਾਅਦ ਹੁਣ ਅੱਗੇ ਕੀ, ਉਹ ਵੀ ਇੱਕ ਜ਼ਹਿਨ 'ਚ ਚੱਲਦਾ ਰਹਿੰਦਾ ਹੈ ਕਿ ਅਸੀਂ ਇਸ ਤੋਂ ਅੱਗੇ ਕੀ ਦੇਣਾ। ਬਹੁਤ ਔਖਾ ਕੰਮ ਹੈ ਸੱਚੀ ਮੁੱਚ, ਜਿਵੇਂ ਤੁਹਾਡੀ ਕੋਈ ਚੀਜ਼ ਐਕਸੈਪਟ ਹੁੰਦੀ ਹੈ ਨਾ, ਸੱਚਮੁੱਚ ਤੁਸੀਂ ਇਹ ਹੀ ਸੋਚਦੇ ਹੋ, ਡੋਰ ਭਰ ਹੋ ਜਾਂਦੀ ਵੀ ਕਰਨਾ ਕੀ ਹੁਣ। ਹੁਣ ਸਾਡੀ ਸੱਚੀ ਤੁਹਾਨੂੰ ਦੱਸਾਂ ਗੱਲ, ਪਿਛਲੇ 3 ਦਿਨ ਤੋਂ ਠੀਕ ਹੈ ਅਸੀਂ ਸ਼ੇਅਰ ਇਹ ਕਰ ਰਹੇ ਹਾਂ, ਬਟ ਸਾਡੀ ਜਦੋਂ ਵੀ ਆਪਸ ਗੱਲ ਹੁੰਦੀ ਹੈ ਮੇਰੀ ਔਰ ਭਾਈ ਦੀ, ਇਹੀ ਚੱਲਦੀ ਵੀ ਹੁਣ ਕੀ ਸੋਚਣਾ, ਅੱਛਾ ਉਹ ਟੌਪਿਕ ਹੈ, ਕਿਛਾ ਉਹ ਥਾਟ ਹੈਗਾ, ਅੱਛਾ ਉਹੀ ਸਾਡਾ ਚੱਲ ਰਿਹਾ, ਸਾਨੂੰ ਅਗਲੇ ਦੀ ਹੀ ਟੈਨਸ਼ਨ ਪਈ। ਅਮਰਿੰਦਰ ਭਾਜੀ ਦਾ ਹੁਣ ਕੀ